गुरु साहब जी ने साजी निवास जी गुरु स्वरूप गुरु ग्रंथ साहब सतसंग जीओ आप सरबत संत जो जो भी भाई भाई नित दे बने हुए प्रोग्राम के अनुसार सतगुरां दी पावन हजूरी विच पहुंचे हो मन बिरतियां एकाग्र करो गुरु का जस कर हर कर्म सगुण हर कथा हर दर्ग है नानक पूजन मत जो सतगुरां दा फरमान है उहदे अनुसार आपां लाभ प्राप्त करिए गुरु नानक दे इस दरबार विच गुरु नानक दा अपना ग्यारहवां स्वरूप श्री गुरु ग्रंथ साहिब जी महाराज शब्द अवतार वाह वाह वाणी निरंकार है तुशीव अवर मन होए दूर दराडे बैठियां गुरु नानक दीआं प्यारियां संगतां ते लखां दी गिणती विच ਇਹ ਸਥਾਨ ਤੋਂ ਗੁਰੂ ਘਰ ਦਾ ਜੋ ਪ੍ਰੋਗਰਾਮ ਕਥਾ ਕੀਰਤਨ ਸੁਖਦਾਈ ਦਾ ਆਨੰਦ ਹੈ ਇਹ ਆਨੰਦ ਹਜ਼ਾਰਾਂ ਵਿੱਚ ਨਹੀਂ ਲੱਖਾਂ ਦੇ ਵਿੱਚ ਵਰਤ ਰਿਹਾ ਗੁਰੂ ਕਿਰਪਾ ਕਰੇ ਆਪਣੇ ਸਾਰੇ ਸਰੋਤੇ ਜਨਾਂ 'ਤੇ ਗੁਰੂ ਆਪਣੀ ਮਿਹਰ ਬਣਾਈ ਰੱਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ आप सारे स्रोता जनां नूं एक बख्शिश भरिया पावन बचन उचार करदे हन ऐन तुहाडे ते टुकदा है ये वचन महाराज दा फरमान है कि सद वेले हारी तिन्हां जे सुणते हरगत मैं सदा उन्हां तों बलिहार कुरबान जावां ਜਿਹੜੇ ਨੀਤੀ ਕਥਾ ਸਰਵਣ ਕਰਦੇ ਸਦ ਬਲਿਹਾਰੀ ਤੈਨੂੰ ਜੇ ਸੁਣ ਕੇ ਕਰਦੇ ਜਿਹੜੇ ਗੁਰੂ ਨਾਨਕ ਦੀ ਇਸ ਧੁਰਾਂ ਤੋਂ ਆਈ ਗੁਰਤਾ ਗਦੀ ਨੂੰ ਆਪਣਾ ਸੀਸ ਪਾਉਂਦੇ ਨੇ ਪੂਰੇ ਤੇ ਪ੍ਰਧਾਨ ਜਵਾਬ ਹੈ ਪ੍ਰਭ ਮੱਥਾ ਉਹ ਮਨੁੱਖ ਜਾਤੀ ਵਿੱਚ ਪ੍ਰਧਾਨ ਮਨੁੱਖ ਹੁੰਦਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਬੇਟੇ ਆਤਮਾ ਦੁਨੀਆਂ ਪ੍ਰਧਾਨਾਂ ਦੀ ਪਰਿਭਾਸ਼ਾ ਭਾਵੇਂ ਕੋਈ ਸਮਝੇ ਗੁਰੂ ਨਾਨਕ ਦੇ ਘਰ ਵਿੱਚ ਸਾਧ ਸੰਗਤ ਦੇ ਵਿੱਚ ਜਿਹਦਾ ਅਭਿਮਾਨ ਮਿਟ ਗਿਆ ਉਹ ਮਨੁੱਖ ਜਾਤੀ ਵਿੱਚ ਪ੍ਰਧਾਨ ਜਿਹੜਾ ਆਪਣੇ ਗੁਰੂ ਨੂੰ ਨਮਸਕਾਰ ਕਰਦਾ ਹੈ ਉਹ ਪ੍ਰਧਾਨ ਮਨੁੱਖ ਹੈ ਇਹ ਗੁਰਬਾਣੀ ਵਿੱਚ ਸ਼ਬਦ ਹੈ ਹਰ ਜਸ ਲਿਖੇ ਬੇਅੰਤ ਸੋਹ ਹੇ ਸ਼ੇ ਹੱਥ ਜਿਹੜੇ ਹੱਥਾਂ ਦੇ ਨਾਲ ਵਾਹਿਗੁਰੂ ਦਾ ਜਸ ਲਿਖਿਆ ਜਾਂਦਾ ਹੈ ਉਹ ਹੱਥ ਸਫਲੇ ਹਰ ਜਸ ਲਿਖੇ ਬੇਅੰਤ ਸੋਹੇ ਸ਼ੇ ਹੱਥਾਂ ਚਰਨ ਪੁਨੀਤ ਪਵਿੱਤਰ ਪਵਿੱਤਰਾਂ ਤੋਂ ਵੀ ਪਵਿੱਤਰ ਚਰਨ ਉਹਦੇ ਜਿਹੜਾ ਚੱਲ ਕੇ ਗੁਰੂ ਦਰਬਾਰ ਵਿੱਚ ਆ ਜਾਵੇ ਚੱਲ ਹੈ ਪ੍ਰਭ ਤੇ ਅਖੀਰ ਪੰਜਵੀਂ ਤੁਕ ਹੈ ਪੌੜੀ ਦੀ ਸੰਤਾਂ ਸੰਗ ਨਿਧਾਨ ਸਗਲਾ ਦੁੱਖ ਸ਼ਾਂਤ ਆਤਮਾ ਨਾਮ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰਨ ਵਾਲੇ ਦੇ ਆਦ ਵਿਆਦ ਉਪਾਦ ਆਦ ਸਾਰੇ ਜਿਹੜੇ ਦੁੱਖ ਉਹ ਲੈ ਜਾਂਦੇ ਆ ਜੋੜਿਆਂ ਚ ਖੜਾ ਖੜਾ ਅੰਦਰ ਵੀ ਆ ਗਿਆ ਤਾਂ ਮੈਨੂੰ ਲੱਗਦੀ ਹੈ ਕਲ ਯੁੱਗ ਕਹਿੰਦੇ ਨੇ ਜੋੜਿਆਂ ਚ ਖੜਦਾ ਇਹ ਮੇਰਾ ਖਿਆਲ ਹੈ ਵੀ ਕਲ ਯੁੱਗ ਨੂੰ ਕੋਈ ਸੁਭਾਅ ਬਣ ਗਿਆ ਅੰਦਰ ਆਉਣ ਦਾ ਗੁਰੂ ਨਾਨਕ ਨੂੰ ਬੇਨਤੀ ਕਰੀ ਸੋ ਆਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਜਿਸ ਪਾਤਸ਼ਾਹ ਦਾ ਪਾਵਨ ਜੀਵਨ ਸੂਰ ਵੀਰਤਾ ਦਾ ਭਰਿਆ ਤਾਂ ਹੈ ਹੀ ਤੇ ਭਗਤੀ ਰੰਗ ਦੇ ਵਿੱਚ ਕਿੰਨਾ ਰੰਗਿਆ ਹੋਇਆ ਜੀਵਨ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਉਹਨਾਂ ਦੀਆਂ ਸਿੱਖਾਂ ਦੇ ਨਾਲ ਜਿਹੜੀਆਂ ਸਾਖੀਆਂ ਨੇ ਉਹ ਦੱਸਦੇ
ਸੁਭਾਅ ਇਤਿਹਾਸ ਦੇ ਵਿੱਚ ਵੱਖਰੇ ਵੱਖਰੇ ਸਿੱਖਾਂ ਦੇ ਨਾਮ ਆ ਰਹੇ ਨੇ, ਵੱਖਰੇ ਵੱਖਰੇ ਉਹਨਾਂ ਦੇ ਪਿੰਡਾਂ ਦੇ ਨਾਮ, ਉਹਨਾਂ ਦੇ ਸ਼ਹਿਰਾਂ ਦੇ, ਕਸਬਿਆਂ ਦੇ, ਇਲਾਕਿਆਂ ਦੇ ਨਾਮ, ਉਹਨਾਂ ਦੇ ਜਿਹੜੇ ਉਸ ਵੇਲੇ ਦੇ ਗੋਤ ਪ੍ਰਚਲਿਤ ਨੇ ਉਹਨਾਂ ਦੇ ਨਾਂ ਦੇ ਵੀ ਸੰਬੋਧਨ ਕੀਤਾ ਗਿਆ। ਗੁਰੂ ਕੇ ਦਰਬਾਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਮਾਈਆ ਨਾਮ ਦਾ ਲੰਬਾ ਇਹਨਾਂ ਦਾ ਸਾਸੀ ਲਾਂਦੇ ਉਹਨਾਂ ਦਾ ਗੋਤ ਹੈ। ਇਸ ਗੋਤ ਦਾ ਗੁਰੂ ਕਾ ਸਿੱਖ ਆਇਆ ਤੇ ਉਹਦੇ ਟਿਕਾਣੇ ਦਾ ਨਾਮ ਵੀ ਦਿੱਤਾ ਹੈ। ਸੁਹੰਡ ਉਹਦਾ ਪਿੰਡ ਦਾ ਨਾਂ ਹੈ, ਟਿਕਾਣੇ ਦਾ ਨਾਂ ਜਿੱਥੇ ਰਹਿੰਦਾ ਸੀ, ਜਿਹੜੀ ਜਾਤ ਵਿੱਚੋਂ ਉਹਦਾ ਨਾਂ ਹੈ ਤੇ ਆਪਣਾ ਨਾਂ ਹੈ, ਉਹ ਗੁਰੂ ਕੇ ਦਰਬਾਰ ਆਇਆ। ਜਿਸ ਪ੍ਰਕਾਰ ਉਹ ਸਵਾਲ ਕਰੇਗਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਉੱਤਰ ਦੇਣਗੇ। ਸਿੱਖੀ ਦੇ ਜਾਚ ਕਰੇ ਸਾਰੇ ਤੇ ਉਹ ਜਗਿਆਸਾ ਵਿੱਚ ਵੱਖਰੇ ਵੱਖਰੇ ਪ੍ਰਸ਼ਨ ਕਰਦੇ ਜਿਹੜੇ ਸਾਡੇ ਲਾਭ ਲੈ। ਸੋ ਆਓ ਹਰ ਵਿਅਕਤੀ ਕਦਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ ਦੋਹਰਾ ਮਾਇਆ ਲੰਬ ਸੁਹੰਡ ਰਹਿ ਸਤਸੰਗਤ ਨਿਤ ਜਾਏ। ਸੁਹੰਡ ਟਿਕਾਣੇ ਤੋਂ ਲਾਂਬਾ ਇਹਦਾ ਲੰਬ ਇਹਦਾ ਗੋਤ ਹੈ ਆਪਣਾ ਤੇ ਮਾਇਆ ਇਹਦਾ ਨਾਂ ਹੈ। ਇਹ ਗੁਰੂ ਕਾ ਸਤਸੰਗੀ ਸਤਸੰਗਤ ਨਿਤ ਜਾਏ ਇਹਦਾ ਨਿਯਮ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਕੰਮ ਤਿਆਗਦੇ ਨੇ ਪਰ ਸਤਸੰਗਤ ਨਹੀਂ ਤਿਆਗਦੇ। ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਉਹ ਚਰਨਾਂ ਨੂੰ ਸਫਲੇ ਕਹਿੰਦਾ। ਇਹ ਸਤਸੰਗਤ ਨਿਤ ਕਰਦਾ ਸੀ, ਨਿਤ ਚੱਲ ਕੇ ਜਾਂਦਾ ਹੈ। ਪ੍ਰੇਮ ਗਾਏ ਗੁਰ ਸ਼ਬਦ ਕੋ ਕਰਹਿ ਭਗਤ ਪਉ ਪਾਏ। ਪ੍ਰੇਮ ਦੇ ਨਾਲ ਗੁਰੂ ਦੇ ਸ਼ਬਦ ਨੂੰ ਗਹਿਣ ਕਰਦਾ ਹੈ, ਕੀਰਤਨ ਕਰਦਾ ਹੈ, ਆਪ ਵੀ ਆਨੰਦ ਮਾਣਦਾ ਹੈ, ਸਰੋਤਿਆਂ ਨੂੰ ਵੀ ਆਨੰਦ ਦਿੰਦਾ। ਗੁਰ ਸ਼ਬਦ ਨੂੰ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਗਾਉਂਦਾ ਹੈ ਤੇ ਭਾਵਨਾ ਧਾਰ ਕੇ, ਭੈ ਧਾਰ ਕੇ, ਪ੍ਰੇਮ ਧਾਰ ਕੇ ਭਉ ਪਾਏ ਲਿਖਿਆ। ਭਉ ਪਾਏ ਦਾ ਮਤਲਬ ਵੀ ਇਹ ਬਣਦਾ ਪ੍ਰੇਮ ਵੀ ਹੈ ਔਰ ਡਰ ਵੀ ਹੈ ਗੁਰੂ ਦਾ, ਭੈ ਦੇ ਵਿੱਚ ਵੀ ਪ੍ਰੇਮ ਦੇ ਵਿੱਚ। ਜਿੱਥੇ ਦੋ ਗੁਣ ਇਕੱਠੇ ਹੋ ਜਾਣ ਉੱਥੇ ਤਾਂ ਬਹੁਤ ਵੱਡੀ ਤਰੱਕੀ ਹੁੰਦੀ ਹੈ। ਸੰਸਾਰ ਦਾ ਕੋਈ ਵੀ ਕੰਮ ਹੈ ਇਹ ਦੋ ਤੋਂ ਬਿਨਾਂ ਹੁੰਦਾ ਹੀ। ਬੱਚੇ ਪੜ੍ਹਦੇ ਜਾਂ ਤਾਂ ਬੱਚੇ ਨੂੰ ਖੁਦ ਹੀ ਇੰਨਾ ਪ੍ਰੇਮ ਹੋਵੇ ਪੜ੍ਹਾਈ ਦੇ ਨਾਲ, ਉਹਨੂੰ ਤਾਂ ਕਹਿਣ ਦੀ ਲੋੜ ਨਹੀਂ ਹੈ। ਉਹ ਬੱਚਾ ਖੁਦ ਹੀ ਮਿਹਨਤ ਕਰਦਾ ਹੈ ਤੇ ਕਿਸੇ ਟਿਕਾਣੇ ਤੇ ਪਹੁੰਚਦਾ। ਇੱਕ ਬੱਚਾ ਜਿਹੜਾ ਪੜ੍ਹਾਈ ਨਾਲ ਪ੍ਰੇਮ ਨਹੀਂ ਹੈ ਉਹ ਡਰ ਦੇ ਵਿੱਚ ਪੜ੍ਹਦਾ ਹੈ, ਚਾਹੇ ਟੀਚਰ ਦਾ ਡਰ ਹੈ ਜਾਂ ਆਪਣੇ ਮਾਤਾ ਪਿਤਾ ਦਾ ਡਰ ਹੈ, ਉਹ ਵੀ ਕਾਮਯਾਬ ਹੋ ਜਾਂਦਾ। ਦੁਨੀਆਂ ਦਾ ਕੋਈ ਮਨੁੱਖ ਵੀ ਹੈ ਇਹਨਾਂ ਦੋਨਾਂ ਚੋਂ ਇੱਕ ਦਾ ਸਹਾਰਾ ਲੈ ਕੇ ਤਰੱਕੀ ਕਰਦਾ ਹੈ, ਭਾਵੇਂ ਪ੍ਰੇਮ ਦਾ ਸਹਾਰਾ ਲੈ ਲਵੇ ਭਾਵੇਂ ਡਰ ਦਾ ਸਹਾਰਾ। ਕਾਮਯਾਬੀ ਇਹਨਾਂ ਦੋਨਾਂ 'ਚ ਭਾਈ, ਜਿੱਥੇ ਦੋਨੇ ਇਕੱਠੇ ਹੋ ਜਾਣ, ਡਰ ਵੀ ਹੈ ਔਰ ਪ੍ਰੇਮ ਵੀ ਹੈ, ਤਾਂ ਉਹਦੀ ਤਰੱਕੀ ਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਭਾਈ ਸਾਹਿਬ ਦੇ ਦੋਨੇ ਗੁਣ ਮੌਜੂਦ ਪਾਏ, ਡਰ ਵੀ ਹੈ ਪ੍ਰੇਮ ਵੀ ਹੈ, ਇਹਦੇ ਸਹਿਤ ਸੰਗਤ ਕਰਦਾ ਹੈ। ਜਪ ਸਤਿਗੁਰ ਕੇ ਦਰਸ਼ਨ ਹਿਤ ਆਇਓ, ਇਹ ਵੀ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚੱਲ ਕੇ ਅੰਮ੍ਰਿਤਸਰ ਸਾਹਿਬ ਜਿੱਥੇ ਹਰਿਮੰਦਰ ਸਾਹਿਬ ਦੇ ਦੀਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦੀਦਾਰ ਅੱਜ ਵੀ ਸੰਗਤਾਂ ਕਰਦੀਆਂ, ਪੁਰਾਣੇ ਸਮੇਂ ਦੇ ਅੰਦਰ ਵੀ, ਇਹੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਉੱਤੇ ਬਿਰਾਜਮਾਨ ਤੇ ਇਹ ਆਇਆ ਹੈ। ਭਗ ਪੰਕਜ ਪਰ ਸੀਸ ਝੁਕਾਇਓ, ਗੁਰੂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਹੈ, ਆਪਣਾ ਸੀਸ ਝੁਕਾਇਆ ਹੈ। ਚਰਨ ਸੰਤਨ ਕੇ ਮਾਥਾ ਮੋਰ,
दान महंडा तरी खाक जे मेरे ता मस्त कलाई है कूड़ा लालच छड़ी हो एक मन अलख त्याई है फलते बेहो पाईया जे वे ही कार कमाई है जे होवे पूर्व लिखिया ता तोड़ देना मां थोड़ी सेव हुआ है क्यों नमस्कार भी कीती है चरण धूड़ अपने मत्थे नूं लाई है धूड़ी लेख मटाया गुरु दे चरणा दी इक धूड़ दे कण विच करोड़ा गंगा दा महात्म सवाया है जन के चरण तीर्थ कोट गंगा ते ऐसे पवित्र चरणा ते शीश झुकाया है नमस्कार कीती है रह केतक दिन भूजन पीना किन्ने क दिन गुरु की हजूरी विच रहा आनंद बाणदा रहा ਤੇ ਕਈ ਦਿਨਾਂ ਤੋਂ ਬਾਅਦ ਇੱਕ ਦਿਨ ਇਹਦੇ ਮਨ ਚ ਵੀ ਕਾਂਕਾ ਆਈ ਹੈ ਮੋਹੇ ਬਤਾਓ ਗੁਰੂ ਪਰਵੀਨ ਇਹ ਸਤਿਗੁਰੂ ਪਰਵੀਨ ਅੰਤਰਜਾਮੀ ਦਾ ਨਾਮ ਵਿਸ਼ੇਸ਼ ਕਰਕੇ ਜਾਣਨ ਵਾਲੇ ਦਾ ਨਾਮ ਹੈ ਸਤਿਗੁਰੂ ਅੰਤਰਜਾਮੀ ਵਿਸ਼ੇਸ਼ ਕਰਕੇ ਜਿਹੜਾ ਜਾਣਕਾਰੀ ਰੱਖਦਾ ਹੈ ਪਰਵੀਨ ਦਾ ਪਰ ਵਿਸ਼ੇਸ਼ ਦਾ ਨਾਮ ਹੈ ਬੀਨ ਜਾਣਨ ਦਾ ਨਾਮ ਦਾਨਾ ਵੀਨਾ ਲੜਾਈ ਵਾਲਾ ਬਿਨਾਂ ਜਾਣਨ ਵਾਲਾ ਵਿਸ਼ੇਸ਼ ਕਰਕੇ ਜਾਣਕਾਰੀ ਕਿਸ ਨੂੰ ਹੈ ਵਿਸ਼ੇਸ਼ ਕਰਕੇ ਜਾਣਕਾਰੀ ਹੈ ਜਿਹੜਾ ਦੂਸਰੇ ਦੇ ਹਿਰਦੇ ਦੀ ਵੀ ਜਾਣਦੇ ਉਹਨੂੰ ਪ੍ਰਵੀਨ ਤੇ ਜਿਸਦੀ ਬੁੱਧ ਪ੍ਰਵੀਨ ਹੈ ਵਿਸ਼ੇਸ਼ ਕਰਕੇ ਜਾਣਕਾਰੀ ਰੱਖਣ ਵਾਲੀ ਉਹਦੇ ਤੇ ਇਹ ਸ਼ਬਦ ਬਹੁਤ ਸਾਰੇ ਥਾਵਾਂ 'ਚ ਵਰਤਿਆ ਜਾਂਦਾ ਤੇ ਸਤਿਗੁਰੂ ਦੇ ਨਾਲ ਜਦੋਂ ਪ੍ਰਵੀਨ ਆ ਜਾਏ ਅੰਤਰਜਾਮੀ ਅਰਥ ਵੀ ਕਰਦੇ ਸੀ ਮਹਾਂਪੁਰਖ ਵੱਡੇ ਤੇ ਸ੍ਰੇਸ਼ਟ ਜਾਣਕਾਰੀ ਅੰਤਰਯਾਮਤਾ ਗੁਰੂ ਸਾਹਿਬ ਜੀ ਨੂੰ ਹੈ ਇਸ ਕਰਕੇ ਉਹਨਾਂ ਨੂੰ ਪ੍ਰਵੀਨ ਕਿਹਾ ਸਤਿਗੁਰੂ ਪ੍ਰਵੀਨ ਹਨ ਸਤਸੰਗਤ ਕੈ ਗੁਰਦਰਬਾਰ ਉਹਨਾਂ ਨੇ ਸਵਾਲ ਕੀਤਾ ਕਿ ਸਤਸੰਗਤ ਜਾਂ ਗੁਰੂ ਕਾ ਦਰਬਾਰ ਕਿਉਂਕਿ ਸਤਸੰਗਤ ਸਾਰੇ ਸਿੱਖ ਇਕੱਠੇ ਹੋ ਕੇ ਵੀ ਥਾਂ ਥਾਂ ਕਰਦੇ ਆ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਇੰਨੇ ਹੁੰਦੇ ਨਹੀਂ ਸੀ ਥਾਂ ਥਾਂ ਅਤੇ ਗੁਰੂ ਆਪ ਛੇਵੇਂ ਜਾਮੇ ਵਿੱਚ ਬੈਠਾ ਜਿੱਥੇ ਹੈ ਉੱਥੇ ਹੈ ਸਰਗੁਣ ਸਰੂਪ ਅਤੇ ਇਸ ਕਰਕੇ ਸ਼ਬਦ ਆਇਆ ਵੀ ਸਤਸੰਗਤ ਤਾਂ ਇਕੱਠੇ ਹੋ ਕੇ ਗੁਰਮਤ ਵਿਚਾਰਾਂ ਕਰਦੇ ਆ ਉਹ ਵੀ ਸਤਸੰਗਤ ਹੈ ਕਹਿ ਦਿਓ ਗੁਰੂ ਦਰਬਾਰ ਸਤਸੰਗਤ ਕਰਨ ਵਾਲੇ ਜਾਂ ਗੁਰੂ ਦੇ ਦਰਬਾਰ ਹੇ ਗਰੀਬ ਨਿਵਾਸ ਇਹ ਦੋ ਚੀਜ਼ਾਂ ਜਿਹੜੀਆਂ ਹਨ ਇੱਕ ਤੋਂ ਜਾਤ ਕਾਮਨਾ ਧਾਰ ਜਾਣਨ ਵਾਲੇ ਜਿਹੜੇ ਉਹਨਾਂ ਦੇ ਅਲੱਗ ਅਲੱਗ ਅੰਦਰ ਖਿਆਲ ਆਏ ਤਾਂ ਸਾਰੀ ਸੰਗਤ ਦੇ ਵਿੱਚ ਪਰ ਦੋ ਤਰ੍ਹਾਂ ਦੇ ਇੱਕ ਤੋਂ ਜਾਤ ਕਾਮਨਾ ਧਾਰ ਸੰਗਤ ਵਿੱਚ ਜਾਂਦੇ ਹੀ ਬਾਅਦ ਦੇ ਵਿੱਚ ਪਹਿਲਾਂ ਕੋਈ ਕਾਮਨਾ ਹੁੰਦੀ ਹੈ ਇੱਛਾ ਹੁੰਦੀ ਹੈ ਮੈਂ ਸੰਗਤ ਵਿੱਚ ਜਾਵਾਂ ਮੇਰੀ ਬਿਮਾਰੀ ਕੱਟੀ ਜਾਵੇ ਮੈਂ ਸੰਗਤ ਵਿੱਚ ਜਾਵਾਂ ਅਰਦਾਸ ਕਰਾਂ ਪੁੱਤਰ ਦੀ ਪ੍ਰਾਪਤੀ ਹੋ ਜਾਵੇ ਧਨ ਦੀ ਪ੍ਰਾਪਤੀ ਹੋ ਜਾਵੇ ਅਤੇ ਮੈਨੂੰ ਬਹੁਤ ਸਾਰਾ ਧਨ ਦੇ ਨਾਲ ਨਾਲ ਵਡਿਆਈ ਪ੍ਰਾਪਤ ਹੋ ਜਾਵੇ ਪਤਾ ਨਹੀਂ ਕਾਹਦੀ ਕਾਹਦੀ ਕੰਮ ਇਹ ਮਾਇਆ ਸਵੰਡ ਕਹਿੰਦੇ ਲੰਬਾ ਕਹਿੰਦਾ ਸੱਚੇ ਪਾਤਸ਼ਾਹ ਕੁਛ ਤਾਂ ਉਹ ਲੋਕ ਜਿਹੜੇ ਕਾਮਨਾ ਧਾਰਕ ਹੀ ਜਾਂਦੇ ਆ ਸੰਗਤ ਵਿੱਚ ਆਪ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ ਕਾਮਨਾ ਲੈ ਕੇ ਆਉਂਦੇ ਸੰਗਤ ਦੇ ਵਿੱਚ ਵੀ ਸੰਗਤ ਵੀ ਗੁਰੂ ਦਾ ਰੂਪ ਹੈ ਇੱਕ ਤੋਂ ਜਾਤ ਕਾਮਨਾ ਥਾ ਇਹ ਇੱਕ ਤਾਂ ਉਹ ਸਿੱਖ ਹਨ ਸੱਚੇ ਪਾਤਸ਼ਾਹ ਲੇਤ ਪਦਾਰਥ ਹਿਤ ਗੁਜਰਾਨਾ ਤੇ ਦੂਸਰੀ ਬਾਤ ਇਹ ਹੈ ਮਹਾਰਾਜ ਸਤਸੰਗਤ ਦੇ ਅੰਦਰ ਕੁਝ ਸਤਸੰਗਤ ਕਰਨ ਵਾਲੇ ਜਿਹਨੇ ਕੀਰਤਨ ਕਰਨਾ ਹੈ ਕਥਾ ਕਰਨੀ ਹੈ ਪ੍ਰਚਾਰ ਕਰਨਾ ਵਿਸ਼ੇਸ਼ ਕਰਕੇ ਉਹਨਾਂ ਤੇ ਕਹਿ ਰਿਹਾ ਭਾਈ ਵੀ ਇੱਕ ਤਾਂ ਸੰਗਤ ਦੇ ਵਿੱਚ ਕੀਰਤਨ ਹੀ ਕਾਮਨਾ ਧਾਰ ਕੇ ਸੁਣਾ ਰਿਹਾ ਸੁਣਨ ਵਾਲੇ ਤਾਂ ਕਾਮਨਾ ਇੱਕ ਪਾਸੇ ਸੁਣਾਉਣ ਵਾਲੇ ਦੀਆਂ ਕਾਮਨਾ ਦੀ ਲੇਤ ਪਦਾਰਥ ਹਿਤ ਗੁਜ਼ਰਾ ਉਹ ਸੰਗਤ ਦੇ ਕੋਲੋਂ ਪਦਾਰਥ ਲੈਂਦਾ ਆਪਣੇ ਗੁਜ਼ਾਰੇ ਵਾਸਤੇ ਇਦੋਂ ਵੱਧ ਲਾਲਚ ਨਹੀਂ ਕਰਦਾ ਉੱਥੇ ਤੱਕ ਉਹ ਰੱਖਦਾ ਹੱਦ ਵੀ ਆ ਜਿਹੜੀ ਗੁਜ਼ਾਰੇ ਲਈ ਧਨ ਜਿੰਨਾ ਚਾਹੀਦਾ ਪਦਾਰਥ ਚਾਹੀਦਾ ਖਾਣ ਪੀਣ ਦੇ ਲਈ ਤੇ ਉਹਨਾਂ ਦੀ ਇਸ ਤਰ੍ਹਾਂ ਦੀ ਵਿਚਾਰ ਹੈ ਇੱਕ ਤਾਂ ਐਸੇ ਹਨ ਜੀ ਕਰੈ ਤੁਸੀਂ ਤੇ ਖਾਂਦਰੋ ਪਾਣਾ ਉਦੋਂ ਹੀ
खान पान करते हैं, जो पदार्थ मिलता है गुजारा वो देते हैं, और कोई किता नहीं है। कथा करना, कीर्तन करना, अज भी विचार रोल ही कथा कीर्तन करने वाले के नाल संबंध रखने वाली है, क्योंकि भाई साहब आप कीर्तन करने वाला जो सवाल कर रहे हैं, ये सवाल साढ़े ते है प्रचार कर गृहस्थी सिखा नालों ज्यादा अज की विचार तो साढ़े सारे प्रचारकों ही सुन वाली कथा है और कम देने वाले। सो क्यों सतगुरु महाराज साहब की कृपा करो, एक सिख करके धर्म कमाई। ये दूसरी महाराज है भी एक सिख होर जिहड़े धर्म की कमाई करते हैं, खेती पत्ती करते हैं, नौकरी करते हैं, बणज व्यापार करते हैं, कोई किसी प्रकार का भी धन खटने लई कई कई घंटे अपना देह बहुंदे धर्म की किरत करते, कथा कीर्तन भी करते, गुजारा धर्म की किरते रखिया, कथा कीर्तन अपने भले लिए करते हैं। एक ऐसे भी सिख हैं सिखण को बरताए सो खाए, अपने दसाउण दे विच सिखां नूं बरता के खा रहे हैं। सह कामे निसकामे जो, ये जिहड़े कामना दे सहत और कामना तो रहे, ये दो प्रकार के जिहड़े सिख न। गरीब रवाज किस प्रकार गति होएगी, इन्हां दी गति विच अंतर है जां इकट्ठा एक सारी इन्हां नूं गफा मिलणा तुहाडी बख्शिश दा, ये कृपा करके दसो जी। कीर्तन करत सुनत है दो, कीर्तन करन वालियां च वी इह गल ते सुनण वालियां च दो ही प्रकार दे ना, स्रोतियां दे विच वी दो ही प्रकार दे आ, कामना धर के आउंदे आ ते इक दा काम यह है भी अपनी धर्म किरत चो आके लंगर च लोगों फला जाते हैं, तो कई है भी अपना कदे जेब हिलाने ही लोगों का खा जाते हैं। दो तरह ये तो लिहाज किसी की नहीं करती, पता ना मेरी ना थोड़ी किसी की नहीं करनी लिहाज, एक उन्हें भी देनी ढेली तो मंगनी हवेली, देना गंढा दान तो गंढा किया तो मंगया संडा, तो थोड़ा दे के बहुता मंगना, सेवा थोड़ी मंगन बहुत। ये गरीब नवाज कृपा करो, एक तो यह जिहड़ा अपना पदार्थ भी लोगों नूं खा रहे हैं, एक लोगों का खा रहे हैं, आप करते नहीं हन। सत संगत कर वैस बतावे, पर यह गुण उन्होंने विच हैगा, सत संगत करके उम्र बतीत करते हैं, तो महाराज उन्होंने की फल होगा, ये कृपा करके दसो जी। नित्रावर को दर्शन पावे, नित्रावर को दर्शन पावे, आप जी का नित दर्शन करते हैं, ये किस प्रकार होएगा महाराज इन्हां दे, क्या गत होए अगाई जावे। पर महाराज कृपा करके दसो भी जदों अगे जाणगे परलोक विच की हालत होएगी, इन्हां दी वक्री वक्री हालत होएगी, जा फिर आप कृपा करके सारियां दे चाहे जिस तरह दे कोई निष्कामी है सकामी है, दान देंदा है नहीं देंदा, खांदा है नहीं खांदा, सारे एक सारी मुक्ति होगी, ये मेरे मन च प्रश्न। हुण सतगुरु जी दा नंबर वार उत्तर देणगे जी। अंतर कितक सो फल को पावे, अंतरा किन्ना कह इन्हां दे फल प्राप्त करन विच, श्री हरगोबिंद तबह सुनाए, उस वेले गुरु हरगोबिंद साहिब जी ने उचारण कीता कहण लगे, सतसंगत में दोनों आए। हां भाई ये ठीक है, सतसंगत दे विच तां दोनों तरह दे होंदे आ, ये तूं ठीक है, ते बात ही तेरी सच है, निष्कामी भी आते हैं सकामी भी आते हैं, दोनों तरह के आते हैं। सहकामी मर गंधर्व लोक, भाई तेन पहला निष्कामिया की गति नहीं, तेन सकामिया की दसते हैं, सकामी का अर्थ है जिहड़ी कामना दे सहत है, सेवा की ता भी कामना मुख रख के की, दान किया ता भी कामना मुख रख के की, नाम जपया ता भी कामना मुख रख के की, ते कामना दे अधीन होके ही सारा कुछ किया, जेड़ी कामना रख के करते हैं उन्होंने सहकामी सहत कामना दे अर्थ ही बनता है, सहत कामना कामना दे सहत जेड़े करते हैं
सहकामी मर्ग दब लोक ओ मर के भाई उन्होंने गंधर्व लोक दे विच जाना पे उत्थे जा के कामना दे सहज ही कोई कामना बाकी रहते ने जुग जुग मेरे शरीर का वासना बद्धा आवे जो वासना बाकी रहती है ते वासना तो जन्म देण दा बीज है आउंदे जन्म दा बीज है वासना तेज करके कहते परलोक दे विच गंधर्व लोक विच जाएगा परमेश्वर ने यह लोक वखरे वखरे शिव लोक है ब्रह्म लोक है इंद्र लोक है कुबेर लोक है गंधर्व लोक है यह वखरे वखरे जिहड़े इस प्रकार के कथा कीर्तन करते हैं पर कामना दे सहित गंधर्व लोक जाणगे जाए आनंद भुगत है बिन शोक ते शोक तो रहत हो के बहुत आनंद भोगों का भोग के आनंद माण करके तिन्ही संग मुक्त हो जावे उन्होंने नाल गंधर्व लोक जो मुड़ के इत्थे नहीं आउणगे फिर बाकी जमण मरण तो रहत हो जाएंगे पर थोड़ा जा रस्ते च ठहरना पेगा तो उत्थे जाके कुछ चिर दिव्य भोगों नूं भोग के सकामी जिहड़े ने अपनियां कामनावां पूरियां करके वाहिगुरू दे भजन विच इह समर्था है कि उन्हां दीआं कामनावां वासनावां भुगता के पूरियां करके फिर मुक्त कर देंदे आ उन्हां लोकां दे गंधर्व लोकां दे साथ जन्म मरण को दुख नहीं पावे जमण मरण तो रहत ये भी हो जाते जिहड़े कामना दे सहित ही भावे करदे है ये भी व्यर्थ नहीं जाते सो इस करके कह रहे हन निष्काम ज्ञान को पाए जिहड़े भाई निष्काम कर्म करदे ने सेवा करत होए निःकाम जिसको होद प्राप्त सब ते ओ तां मुक्त हो जांदे ते जीवन मुक्त सो आखी है मर जीवै मरिया ते ओ मुक्त हो जांदे इन्ना कंतरा है इन्हां विच झूठे लख जग सुख समदाए ते ओ जिहड़े कामना तो रहतन उन्हां ने संसार नूं झूठा जाणिया कि संसार झूठा है झूठे लख जग सुख संसार दे सुखदायक जिहड़े पदार्थ न समुदाए सारे पदार्थ ये झूठे कूड़ राजा कूड़ प्रजा कूड़ सब सारा संसार ही झूठ है इस करके फिर वो अपने मन को समझा लिया भी कामना कदी ठा रहे झूठ दे रहना तो है या रहना ना ही ये जग कायद कर बननी जो रहने ही नहीं भाषण कद नहीं कर रहे वो अपने मन को इस प्रकार टका लेंदे हन प्रारब्ध पुरबे तज प्राणा ते जिन्नी देर तक प्रारब्ध खड़ी है उन्नी देर तक शरीर रहेगा उन्हां पर मुक्त हो चुके कामना मुक गईयां वासनावां मुक गईयां तां जमना मरना भी मुक ए सौखी जी पदवी नहीं है ए भजन करदियां 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 जदों नाम चो रस आउण लगदा है फिर उस रस दे नाल इन्ना बज जांदा है मन के बाजरा उठाउण जोगा ही नहीं रहिंदा सो इस करके ते जिवें विद्वानां ने सतपुरशां ने कहा है मन मूसा कहिंदे इह चूहे दी न्याई है पी पारा हर नाम मन मूसा मुर्शद भयो ਇਹ ਮਨ ਰੂਪੀ ਚੂਹਾ ਕਹਿੰਦੇ ਬੇਹੋਸ਼ ਹੋ ਗਿਆ ਕਿਵੇਂ ਹੋਇਆ ਪੀ ਪਾਰਾ ਹਰ ਨਾਮ ਕਿਤੇ ਚੂਹਾ ਪਾਰਾ ਖਾ ਜਾਵੇ ਨਾ ਤਾਂ ਹਿੱਲਣ ਜੋਗਾ ਨਹੀਂ ਰਹਿੰਦਾ ਜਿੱਥੇ ਆ ਉੱਥੇ ਡਿੱਗ ਜਾਂਦਾ ਇਹ ਨਾਮ ਪਾਰੇ ਦੀ ਨਿਆਈ ਹੈ ਇਹਨੂੰ ਹਿੱਲਣ ਜੋਗਾ ਨਹੀਂ ਛੱਡਦਾ ਜਦੋਂ ਮਨ ਦੇ ਵਿੱਚ ਵੱਸ ਜਾਏ ਨਾ ਪੂਰਾ ਇਹਨੂੰ ਵਾਸਨਾ 'ਚ ਨਹੀਂ ਜਾਣ ਦਿੰਦਾ ਅਜੇ ਨਾਮ ਪੂਰਾ ਵਸਿਆ ਨਹੀਂ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਐਸੇ ਜਿਹੜੇ ਹਨ ਵਾਸਨਾਵਾਂ ਹੋ ਗਈਆਂ ਖਤਮ ਤੇ ਪ੍ਰਾਰਬਧ ਦੇ ਵਾਸ ਜਿੰਨੀ ਦੇਰ ਪ੍ਰਾਰਬਧ ਹੈ ਪ੍ਰਾਰਬਧ ਦਾ ਫਲ ਭੋਗ ਰਿਹਾ ਸਰੀਰ ਖੜਾ ਹੈ ਉਹਨਾਂ 'ਚ ਤੇ ਪਰ ਉਹਨਾਂ ਦੇ ਸੰਚਿਤ ਕਰਮ ਇਸ ਤਰ੍ਹਾਂ ਸੜ ਜਾਂਦੇ ਹੈ ਤਿੰਨ ਪ੍ਰਕਾਰ ਦੇ ਕਰਮ ਸੰਚਿਤ ਪ੍ਰਾਰਬਧ ਕਿਰਿਆ ਤੇ ਇਹ ਤਿੰਨੇ ਪ੍ਰਕਾਰ ਦੇ ਕਰਮ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਭਾਈ ਦਇਆ ਸਿੰਘ ਜੀ ਨੇ
जिहड़ी करम कथा सुनाई उहदे विच वचन आउंदे आ ते सूरमियां नूं उहनां दे करतब अनुसार दृष्टांत दित्ता। कहिंदे सूरमियो तुहाडे पत्थे विच जिहड़े तीर न मैं इहदियां तिन किस्मां तुहानूं दसदा भाई दास। एक तीर जिहड़ा पत्थे चों कढ के चेले दे उत्ते चाढ़ दिंदा है अजे छड़िया नहीं है, ते एक तीर जिहड़े चेले ते चाढ़ के हथों छुट चुका है, एक तीर जिहड़े पत्थे दे विच ही पए ने अजे चेले भी नहीं चाढ़े ते चलाए भी नहीं है। जिस प्रकार तीन तरह के तीर हैं इस तरह कर्म भी तीन प्रकार के हैं। संचित कर्म तो पत्थे विच पए हुए तीर की न्याय वो तो बाकी पए अजे चिल्ला भी नहीं चाढ़िया चलिया भी नहीं तो पे नो। तो एक हैगा भी जो चिल्ले के उत्ते चाढ़ दिता है पर अजे हथों छड़िया नहीं, कमान कसिया निशाना पे छड़िया नहीं अजे। कहते ये है किरेमान कर्म जिहड़ा हुण जीव दे हथ विच है इस वेले चंगा करे माड़ा करे वो कर रहे हैं, कर्म बन रहा है। हुण जदों कमान ते तीर जिहड़ा चाढ़ रहा है चिल्ले ते इहदी मर्जी है भावें वह चलाउण तों बिना ही तोड़ देवे तीर नूं भावें चला देवे भावें हत्थों छड़ देवे भावें उहनूं रोक देवे। कहिंदे बिलकुल इसे तरह है चाहे माड़े कर्म तों रुक जाए ते चाहे भाई माड़ा कर्म कर बैठे ਇਹ ਕਿਰੇਮਾਨ ਕਰਮ ਹੈ। ਜਦੋਂ ਕਿਰੇਮਾਨ ਕਰਮ ਹੈ ਜਿੰਨੀ ਕਿਰਿਆ ਕਰ ਰਹੇ ਹੈ ਤੀਸਰਾ ਜਿਹੜਾ ਤੀਰ ਹੱਥੋਂ ਜਾ ਚੁੱਕਾ ਹੈ। ਕਹਿੰਦੇ ਜਿਹੜਾ ਚੱਲ ਚੁੱਕਾ ਹੈ ਤੀਰ ਉਹ ਤਾਂ ਦੂਰ ਚਲਿਆ ਗਿਆ, ਉਹ ਤਾਂ ਫਲ ਦੇ ਕੇ ਧਰਤੀ 'ਤੇ ਚਾਟ ਗਿਆ, ਉਹ ਨਹੀਂ ਪੱਤੇ ਵਿੱਚ ਆਉਂਦਾ, ਉਹ ਤੇਰੀ ਕਮਾਨ 'ਚ ਵੀ ਨਹੀਂ ਆਉਂਦਾ, ਤੇਰੇ ਵਸ ਵਿੱਚ ਵੀ ਨਹੀਂ ਆਇਆ, ਉਹ ਤਾਂ ਚੱਲ ਚੁੱਕਾ ਹੈ। ਉਹਨੂੰ ਕਹਿੰਦੇ ਪ੍ਰਲਬਧ ਕਰਮ। ਪ੍ਰਲਬਧ ਕਰਮ ਤੀਰ ਚੱਲਿਆ ਹੋਇਆ ਹੈ ਤੇ ਹੈਰਾਨੀ ਆਉਂਦੀ ਹੈ, ਦੁੱਖ ਸੁੱਖ ਤਾਂ ਹੈਗੇ ਪ੍ਰਲਬਧ ਦੇ ਅਨੁਸਾਰ ਚੱਲਿਆ ਹੋਇਆ ਤੀਰ ਹੈ। ਇਹ ਜਿਹੜੇ ਬੜੇ ਬੜੇ ਇਸ਼ਤਿਹਾਰ ਆਉਂਦੇ ਆ ਨਾ ਜਾਦੂ ਟੂਣੇ ਵਾਲੇ, ਮੇਰੀ ਨਹੀਂ ਸਮਝ ਆਈ ਇਹ ਗੱਲ ਕੀ ਹੋ ਰਹੀ ਹੈ ਕਿ ਪ੍ਰਲਬਧ ਬਦਲ ਦੇਣਗੇ ਕਿਸੇ ਦੀ। ਕਿੰਨੇ ਜਾਦੂ ਕਿੰਨੇ ਟੂਣੇ ਇਹ ਕਰਨ ਕੀ ਲਾ ਕੇ ਤੁਸੀਂ ਕੈਨੇਡਾ ਆ ਕੇ, ਮੈਂ ਹੈਰਾਨੀ ਹੈ ਵੀ ਤੁਹਾਡੇ ਵਿੱਚੋਂ ਹੀ ਆਪਣੀ ਚਲੋ ਜਿਹੜੇ ਕਰ ਰਹੇ ਨੇ ਕਿ ਸਾਰੀ ਦੁਨੀਆ ਦੇ ਭੂਤ ਪ੍ਰੇਤ ਇਕੱਠੇ ਹੋ ਕੇ ਕੈਨੇਡਾ ਅਮੈਰੀਕਾ 'ਚ ਆ ਗਏ, ਉਹ ਜਿਹੜਾ ਤੁਹਾਨੂੰ ਬਾਹਲੇ ਚੜ੍ਹਨ ਲੱਗ ਗਏ ਭੂਤ ਪ੍ਰੇਤ ਪੰਜਾਬ 'ਚ ਰਹੇ ਹੀ ਨਹੀਂ, ਵਹਿਮ ਪਾਉਣ ਵਾਲੇ ਲੋਕ ਤੁਹਾਡੇ ਵਿੱਚ ਬਹੁਤੇ ਆ ਗਏ। ਟੂਣਾ ਕਰਦੇ ਹੋ ਜੀ ਚਾਹੇ ਬੇਇੱਜ਼ਤੀ ਹੋ ਜਾਵੇ, ਨੰਗ ਤੜੰਗੇ ਪਿੰਡੇ ਸਾਡੀ ਇੱਜ਼ਤ ਚੌਂਕਾਂ ਦੇ ਵਿੱਚ ਰੋਲੇ ਇਹਨਾਂ ਸਿਆਣਿਆਂ ਦੇ ਆਖੇ ਲੱਗ ਗਏ, ਸਾਡੀਆਂ ਧੀਆਂ ਬੇਪਤੀਆਂ ਹੋਈਆਂ ਹੁਣ ਵੀ ਕੱਪੜੇ ਲਾਹ ਕੇ ਰੱਖਦੇ ਜੀ ਉੱਥੇ ਤੇਰਾ ਗ੍ਰਹਿ ਲੈ ਜਾਊਗਾ, ਗ੍ਰਹਿ ਤਾਂ ਆਪ ਹੀ ਲੈ ਗਿਆ। ਜਦੋਂ ਤੇਰਾ ਪੜਦਾ ਹੀ ਨਾ ਰਿਹਾ ਇੱਕ ਦੂਸਰੇ ਮਨੁੱਖ ਨੇ ਤੇਰਾ ਪੜਦਾ ਦੇਖ ਲਿਆ ਆ ਕੇ ਤਾਂ ਤੇਰੇ ਪੱਲੇ ਕੀ ਰਹਿ ਗਏ। ਇਹ ਚੱਲਿਆ ਹੋਇਆ ਤੀਰ ਹੈ ਗੁਰੂ ਪਿਆਰਿਓ, ਇਹਨੂੰ ਸਮਝਣ ਦੀ ਲੋੜ ਹੈ। ਕਥਾ ਵਿੱਚ ਇਹ ਗੱਲਾਂ ਸਮਝ ਆਉਣਗੀਆਂ, ਗੁਰੂ ਨਾਨਕ ਦੇ ਘਰ ਵੀ ਸਮਝ ਆਉਣਗੀ। ਹਾਂ ਬਹੁਤ ਸਾਰੇ ਦੁੱਖ ਐਸੇ ਜਿਹੜੇ ਨਾਮ ਦੀ ਸ਼ਕਤੀ ਦੁਆਰਾ ਸਰਵ ਰੋਗ ਕਾ ਔਖਦ ਨਾਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਇਹ ਗੱਲ ਜ਼ਰੂਰ ਹੈ ਨਾਮ ਦੀ ਸ਼ਕਤੀ ਹੈ। ਪਰ ਜਦੋਂ ਅਸੀਂ ਕਹਿੰਦੇ ਵੀ ਅਸੀਂ ਤਾਂ ਨਾਮ ਜਪਿਆ ਇਹ ਦੁੱਖ ਫੇਰ ਵੀ ਨਹੀਂ ਦੂਰ ਹੋਇਆ, ਇਹਦਾ ਮਤਲਬ ਅਸੀਂ ਰੱਬ ਹੀ ਬਣ ਕੇ ਹੁਕਮ ਕਰਦੇ ਹਾਂ ਤੇ ਇਹ ਤਾਂ ਉਹਦੀ ਮਰਜ਼ੀ ਹੈ। ਜਿਹੜਾ ਤੈਂ ਨਾਮ ਜਪਿਆ ਇਹਦੇ ਨਾਲੋਂ ਇਸ ਨਾਮ ਦੇ ਬਦਲੇ ਉਹਨੇ ਤੈਨੂੰ ਆਪਣੀ ਮਰਜ਼ੀ ਨਾਲ ਹੋਰ ਕੁਛ ਦਿੱਤਾ ਹੈ ਜਿਹਦਾ ਤੈਨੂੰ ਵੀ ਨਹੀਂ ਪਤਾ ਕੀ ਦਿੱਤਾ। ਕੋਈ ਦੁੱਖ ਇਦੋਂ ਵੀ ਭਿਆਨਕ ਮਿਲਣ ਵਾਲਾ ਸੀ ਉਹਨੇ ਤੇਰਾ ਜਪ ਤਾਂ ਉੱਧਰ ਲਾ ਦਿੱਤਾ, ਕਿਤੇ ਕਿਤੇ ਜੋ ਅਸੀਂ ਮੰਗਦੇ ਹਾਂ ਉਹਦੇ 'ਤੇ ਵੀ ਲਾ ਦਿੱਤਾ। ਇਹ ਤਾਂ ਵਾਹਿਗੁਰੂ ਦੀ ਮਰਜ਼ੀ ਹੈ ਭਾਈ, ਜੇ ਲੋਕਾਂ ਦੀ ਮਰਜ਼ੀ ਦੇ ਅਨੁਸਾਰ ਰੱਬ ਸੰਸਾਰ ਨੂੰ ਚਲਾਵੇ ਤਾਂ ਸੰਸਾਰ ਚੱਲ ਲਿਆ, ਲੋਕ ਨਹੀਂ ਚੱਲਣ ਦੇਣਗੇ। ਇਸ ਕਰਕੇ ਵੀ ਉਹ ਪੁੱਛਣਾ ਮਸਲ ਤਰ੍ਹਾਂ ਜੋ ਕੁਛ ਕਹੇ ਸੀ ਆਪੇ ਕਰੇ, ਉਹ ਸਲਾਹ ਨਹੀਂ ਲੈਂਦਾ ਮੈਂ ਕਿਵੇਂ ਕਰਦਾ, ਨਹੀਂ ਉਹ ਆਪਣੀ ਮਰਜ਼ੀ ਦੇ ਅਨੁਸਾਰ ਸੰਸਾਰ ਨੂੰ ਚਲਾ ਜੀਵਤ ਸੁਭਾਵ ਹੈ ਤਿਵੇਂ ਚਲੋ।
जीव होवे परमास जीवां दे उत्ते हुक्म है। तो इस करके चलिया होया तीर है परालबद, परालबद ओ कर्म है जिहड़ा पिछले जन्म दे संचित कर्मां चों पत्थे दे चों तीर कढ के चला के जिहड़ा नष्ट हो जाता है। ओ किस तरह साडी जिहड़ी देह है साढ़े कर्मां दे संचित कर्मां दे विचों परमात्मा ने साडी दे कर्मी आवै कपड़ा, ये संचित कर्मां चों चलिया होया तीर है जिहड़ी देह है, किहड़े समय दुख मिलना है किहड़े समय सुख। हाँ ज्योतिष वाले ये दस सकते, एक विद्या दस दिता भी तेनों दुख मिलन वाला है, फिर मैं तो कहना उदों भी माड़ी गल होगी, दो साल तो तेनों दुख मिलना है उहदा दुख थोड़ा तीन साल पहले ही आ गया थोड़े को। ज्योतिषी ने यह भला करता भी तीन साल पहले ही दुखी करता तुम सह सुक लग जाएंगे पहले। इस करके गुरमत के जिहड़ा इन्हां गल्लां ते टूणे टामणा ते जंत्र मंत्रां ते ज्योतिषी आदि यह विश्वास करन दी ते इस रस्ते पैण दी गुरु के सिखां नूं आग्या नहीं की। साहा गणे ना करे विचार साहे उपरे कंकार गल ही मुका दो, तो ज्योतिषी वाला काम ही मुका दो ते गुरु दे पाणे च रहना अरदास करनी हुकमनामा लैणा ते कार्य करना। सो इस करके सासी चलिया होया तीर मनुखा शरीर अरे नूं कदों दुख मिलना है कदों सुख मिलना है उहदे अनुसार मिलदे जाण, प्रलब दा फल भोग करके देह समाप्त हो जाएगी। ये प्रलबद जिहड़ी पिछे पहला प्रलबद बनी पिछों बनिया शरीर, पहला प्रलबद सी उहदा अगे शरीर बनी, किस तरह दा परिवार मिलना है और किस तरह के दुख और सुख किहदे कोलों दुख मिलना है। तो जीव कहिंदा फलाने ने मेरा बहुत बुरा कीता, नहीं भाई कोई किसी का बुरा नहीं करता कोई भी, साडा कर्म दूसरे के शरीर के विच दी होके साडे सामने आके बुरा कर्म सानू फल देने वास्ते खड़ा हो जाता है, साडे कर्म ने सानू गला कढ़न वास्ते साडे खड़ा हो गए। ये विच भी एक बड़ी बरीक बात है जिहड़ी बहुत निर्मल बुद्ध करके और एकाग्र चित होकर समझण वाली है। कुछ कर्म ऐसे ने असी पिछले जन्म दे विच उहदा बुरा कीता, उहने इस जन्म दे विच आके बुरा कीता, ते आखिर कोई मुढ़ विच कहानी तां ऐसी होगी जिथे दोनों चो एक का कसूर बिल्कुल ही ना हो। थोड़ी जी समझ वाली गल है, मैं इन बहुत बरीक तो नहीं करांगा पर तर्क मात्र समझ वाली। एक बात समझ में आई है कि परमात्मा इको ही तीर के नाल दो निशाने फड़ दिंदा है, एक बंदे का माड़ा किया होया कर्म उहदा फल भुगतान कर रहा है ते दूसरे बंदे का ਉਹੀ ਕਰਮ ਬੁਰਾ ਕਰਮ ਪੈਦਾ ਕਰਨ ਵਾਸਤੇ ਉਹਦੇ ਕੋਲੋਂ ਉਹਦਾ ਫਲ ਭੁਗਤਾ ਰਿਹਾ ਤੇ ਕੰਮ ਦੋ ਹੋ ਗਏ ਵੱਡੇ। ਇਸ ਕਰਕੇ ਬੁਰੇ ਕਰਮ ਕਰਨ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਵੀ ਤੂੰ ਰੁਕ ਜਾ ਨਾ ਕਰ, ਤੂੰ ਨਵਾਂ ਕਰਮ ਕਰ ਰਿਹਾ। ਤੇ ਕਰਮਾਂ ਦੀ ਕਹਾਣੀ ਬਹੁਤ ਬੁਰੀ ਹੈ। ਭਗਵਾਨ ਕ੍ਰਿਸ਼ਨ ਨੇ ਐਵੇਂ ਥੋੜੀ ਕਹਿਤਾ ਵੀ ਅਵਸ਼ਰੇ ਭੁਗਤੰ ਕਿਤੰ ਕਰਮੰ ਸੁਭਾ ਸੁਭੰ ਅਭੁਗਤੰ ਨਾ ਕੀਏ, ਤੇ ਕਹਿੰਦੇ ਅਰਜਨ ਕਰਮ ਫਲ ਦੇਣ ਤੋਂ ਬਿਨਾਂ ਜਾਏਗਾ ਨਹੀਂ। ਪੂਰਵਲੋ ਕਿਰਤ ਕਰਨ ਦਾ ਬੇਟੇਰੀ ਕਰ ਗਏ ਹਨ, ਤ੍ਰਿਲੋਚਨ ਜੀ ਨੇ ਐਵੇਂ ਨਹੀਂ ਕਹਿ ਦਿੱਤਾ ਪਿਆਰਿਓ। ਇਸ ਕਰਕੇ ਵੀ ਕਰਮ ਕਦੇ ਜਦ ਤੋਂ ਇਹ ਗੱਲ ਸਮਝ ਆ ਜਾਵੇ ਕੰਮ ਸੋ ਕੰਮ ਉਦੋਂ ਤੋਂ ਬੁਰੇ ਕਰਮ ਛੱਡ ਦਈਏ ਕਰਨੇ ਤਾਂ ਕਿ ਅੱਗੇ ਵਾਸਤੇ ਕੰਡਿਆਲੀਆਂ ਝਾੜੀਆਂ ਬੀਜਣੀਆਂ ਬੰਦ ਕਰ ਦਈਏ, ਜਿਹੜੀਆਂ ਪਿੱਛੇ ਬੀਜੀਆਂ ਨੇ ਉਹ ਤਾਂ ਵੱਢਣੀਆਂ ਪੈਣਗੀਆਂ, ਬਲ ਉਹ ਤਾਂ ਦੁੱਖ ਮਿਲੇਗਾ ਹੀ ਮਿਲੇਗਾ। ਜੀਵ ਚਾਹੁੰਦਾ ਵੀ ਮੈਂ ਅੱਜ ਅੰਬ ਦਾ ਪੇੜ ਲਾਇਆ ਵਿਹੜੇ ਵਿੱਚ ਤੇ ਇਹ ਵੱਡਾ ਹੋ ਕੇ ਹੁਣੇ ਮੈਨੂੰ ਅੰਬ ਹੁਣੇ ਹੀ ਮਿਲਣੇ ਚਾਹੀਦੇ ਨੇ ਐਸੇ ਟਾਈਮ, ਐਸਾ ਤਾਂ ਕੋਈ ਵਿਧਾਨ ਹੈ ਹੀ ਨਹੀਂ। ਇਹਦਾ ਤਾਂ ਮਦਾਰੀ ਕਰ ਸਕਦਾ ਕੋਈ ਵੀ ਅੱਜ ਅੰਬ ਲਾਇਆ ਉਹ ਝੁੱਪਣ ਜੋਗਾ ਨਹੀਂ ਹੁੰਦਾ ਦਿਖਾਉਣ ਜੋਗਾ ਹੀ ਹੁੰਦਾ। ਇਸ ਕਰਕੇ ਜਿਹੜਾ ਕਰਮ ਅੱਜ ਕੀਤਾ ਸਮਾਂ ਪਾ ਕੇ ਪ੍ਰਫੁੱਲਿਤ ਹੋਇਆ, ਜਿਹੜਾ ਪਿੱਛੇ ਕੀਤਾ ਉਹ ਘਟ ਰਿਹਾ। ਤੇ ਤਿੰਨ ਪ੍ਰਕਾਰ ਦੇ ਇਹ ਕਰਮ ਹਨ, ਸੰਚਿਤ ਪ੍ਰਲਬਧ ਕਿਰੇਵਾ।
ਜਿਹੜਾ ਗਿਆਨੀ ਹੈ, ਗਿਆਨੀ ਤੋਂ ਭਾਵ ਬ੍ਰਹਮ ਗਿਆਨੀ ਸਮਝਣਾ, ਜਿਹੜਾ ਗਿਆਨਵਾਨ ਹੈ ਤੇ ਉਹਦੇ ਸੰਚਿਤ ਕਰਮ ਜਿਹੜੇ ਪੱਥੇ ਦੇ ਵਿੱਚ ਪਏ ਤੀਰ ਸੀ, ਅਰ ਕਮਾਨ ਤੇ ਚੜ੍ਹਿਆ ਤੀਰ ਸੀ, ਉਹ ਤਾਂ ਲਿਆ ਰੋਕ ਉਹਨੇ ਕਮਾਨ ਵਾਲਾ, ਨਹੀਂ ਕਰਮ ਕਰਨਾ ਹੀ, ਕਾਮਨਾ ਤੋਂ ਬਿਨਾਂ ਕਰਮ ਕਰਨਾ ਹੈ ਉਹਦਾ ਕਰਮ ਨਹੀਂ ਬਣਦਾ, ਇਹ ਵੀ ਇੱਕ ਬਾਤ ਹੈ। ਸੁਧੇ ਸਿੱਧ ਕਿਰਿਆ ਕੋਈ ਕਰਮ ਨਹੀਂ ਬਣਦੀ, ਜਿਹੜੀ ਹੰਗਤਾ ਧਾਰ ਕੇ ਕਰਮ ਕੀਤਾ ਉਹ ਕਰਮ ਹੈ, ਉਹਨੇ ਹੰਗਤਾ ਮੇਟ ਦਿੱਤੀ, ਖਤਮ ਕਰ ਦਿੱਤੀ ਤੇ ਉਹਦੀ ਕਿਰਿਆ ਹੰਗਤਾ ਰਹਿਤ ਹੋ ਗਈ, ਸੁਧੇ ਸਿੱਧ ਕਰਮ ਬਣ ਗਿਆ, ਬੁਰਾ ਕਰਮ ਕਰਨਾ ਨਹੀਂ, ਇੱਛਾ ਰਹੀ ਨਹੀਂ ਕੋਈ ਕੰਮ ਕਰਨ ਦੀ, ਤੇ ਉਹਨੇ ਚਿੱਲੇ ਤੇ ਚੜਿਆ ਕਰਮ ਕਿਰੇਵਾਨ ਕਰਮ ਰੋਕ ਲਏ, ਬੁਰੇ ਕਰਮ ਜਿਹੜੇ ਪੂਰਲੇ ਜਨਮਾਂ ਦੇ ਪਏ ਨਾ ਉਹਨੇ ਪੱਥੇ ਚੋਂ ਕੱਢ ਕੇ ਉਹਨਾਂ ਨੂੰ ਸਾੜ ਦਿੱਤਾ, ਫੂਕ ਦਿੱਤੇ, ਕੋਈ ਚੱਲਣ ਜੋ ਪੱਥਾ ਖਾਲੀ ਹੋ ਗਿਆ। ਸੰਚਿਤ ਕਰਮਾਂ ਦੇ ਖਜ਼ਾਨੇ ਨੂੰ ਬ੍ਰਹਮ ਗਿਆਨ ਦੀ ਅੱਗ ਲਾ ਦਿੱਤੀ ਤੇ ਅੰਤਹਿ ਕਰਨ ਦਾ ਪੱਥਾ ਖਾਲੀ ਹੋ ਗਿਆ, ਤੀਰ ਚੱਲਣ ਜੋ ਘਰੇ ਆਏ ਕੋਈ ਨਹੀਂ, ਬਾਕੀ ਰਹਿ ਗਿਆ ਇੱਕ ਕਰਮ ਪਰਾਲਭ। ਪਰਾਲਭ ਦਾ ਸਰੀਰ ਬਣਿਆ, ਜਿੰਨੀ ਦੇਰ ਤੱਕ ਪਰਾਲਭ ਦਾ ਸਰੀਰ ਦੇਖਦਾ ਰਹੇਗਾ ਬ੍ਰਹਮ ਗਿਆਨੀ ਦਾ, ਪਰ ਉਹ ਇਉਂ ਹੈ ਜਿਵੇਂ ਕਾਗਜ਼ ਸਰਜਾਏ, ਸੜੇ ਹੋਏ ਕਾਗਜ਼ ਦੇ ਅੱਖਰ ਉਵੇਂ ਜਿਵੇਂ ਬਣੇ ਜਾ ਰਹੇ ਨੇ। ਹਾਲਾਂਕਿ ਸੁਆਹ ਹੋ ਗਈ, ਤੁਸੀਂ ਕਿਤੇ ਤਜਰਬਾ ਕਰਕੇ ਦੇਖੋ, ਕਾਗਜ਼ ਪੂਜ ਲਓ, ਉਹ ਫੂਕੇ ਕਾਗਜ਼ ਦੇ ਅੱਖਰ ਉਹ ਜਿਉਂਦੇ ਤੇ ਉਹ ਪੜ੍ਹ ਲਓ, ਉਹ ਪਰਾਲਭ ਦੇ ਕਾਗਜ਼ ਦੇ ਅੱਖਰ, ਪਰਾਲਭ ਦਾ ਸੰਚਿਤ ਕਰਮ ਨੇ ਸਾੜ ਦਿੱਤਾ ਸਾਰਾ ਕੁਛ, ਗਿਆਨ ਅਗਲੀ ਨੇ, ਲੇਕਿਨ ਪਰਾਲਭ ਖੜੀ ਨਹੀਂ। ਬਸ ਜਿੱਦਣ ਕਾਲ ਆਇਆ ਕਿ ਖੇਰੂ ਖੇਰੂ ਹੈ, ਤੱਤਾਂ 'ਚ ਤੱਤ ਮਿਲ ਜਾਂਦੇ, ਸੁਆਹ ਦੀ ਸੁਆਹ ਹੋ ਜਾਂਦੀ, ਤੇ ਉਹ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਸਮਝਾ ਰਹੇ। ਹਾਂਜੀ ਅੱਗੇ ਜਾਓ। ਮਿਲੈ ਵਾਹਿਗੁਰੂ ਮਹਿ ਸੁਖਵਾਨ, ਉਹ ਗਿਆਨਵਾਨ ਵਾਹਿਗੁਰੂ ਦੇ ਵਿੱਚ ਮਿਲ ਜਾਂਦੇ ਹਨ, ਸਭ ਤੇ ਅਦਕ ਹੈ ਨਿਸਕਾਮ, ਪਰ ਕਹਿੰਦੇ ਸਭ ਤੋਂ ਨੰਬਰ ਇੱਕ ਦੀ ਗਤੀ ਹੈ, ਪਹਿਲੇ ਸਥਾਨ ਦੀ ਉਹ ਬ੍ਰਹਮ ਗਿਆਨੀਆਂ ਦੀ ਹੈ, ਜਿਹੜੇ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਨੇ। ਦੋਏ ਵਿਦ ਕੇ ਜਾਣੋ ਸਹਿਕਾਮ, ਹੁਣ ਮਹਾਰਾਜ ਸਹਿਕਾਮੀਆਂ ਨੂੰ ਲੈਂਦੇ, ਕਹਿੰਦੇ ਸਹਿਕਾਮੀਆਂ 'ਚ ਵੀ ਦੋ ਵੱਖਰੀਆਂ ਵੱਖਰੀਆਂ ਕਿਸਮਾਂ, ਦੋ ਕਿਸਮਾਂ ਸਕਾਮੀਆਂ ਵਿੱਚ। ਤਨ ਨਿਰਵਾਹ ਮਾਤਰ ਇੱਕ ਲੇਤ, ਇੱਕ ਹੈ ਜਿਹੜਾ ਤਨ ਦੇ ਨਿਰਵਾਹ ਵਾਸਤੇ, ਸਾਧ ਸੰਗਤ ਜੀ ਵਾਹਿਗੁਰੂ ਕਿਰਪਾ ਕਰੇ, ਕਈ ਵਾਰ ਜਿਹੜੇ ਜਿਵੇਂ ਲੈਕ ਬੱਚੇ ਪਰਿਵਾਰ ਦੇ ਵਿੱਚੋਂ ਵਿਛੜ ਜਾਣ, ਪਰਿਵਾਰ ਦੇ ਬਜ਼ੁਰਗ ਸਦਾ ਹੀ ਯਾਦ ਕਰਦੇ ਰਹਿੰਦੇ, ਕਹਿੰਦੇ ਜੀ ਭਾਵੇਂ ਚਲਾ ਗਿਆ ਪਰ ਦੇਖੋ ਜੀ ਉਹ ਬੱਚਾ ਇੰਨਾ ਹੋਣਹਾਰ ਸੀ, ਐਂ ਸੀ, ਉਹਨਾਂ ਨੂੰ ਯਾਦ ਕਰ ਕਰਕੇ ਰੋਂਦੇ ਆ। ਤੇ ਸਾਡੇ ਗੁਰਮਤਿ ਵਿਦਿਆਲੇ ਦੇ ਵਿੱਚ ਕੁਝ ਬੱਚੇ ਇਸ ਕਿਸਮ ਦੇ ਆਏ ਜਿਹਨਾਂ ਨੂੰ ਅੱਜ ਨਹੀਂ ਸੰਸਾਰ ਵਿੱਚ, ਪਰ ਉਹਨਾਂ ਦੀਆਂ ਯਾਦਾਂ ਹਿਰਦੇ ਵਿੱਚ। ਭਾਈ ਦਰਸ਼ਨ ਸਿੰਘ ਦਾ ਇਹ ਰਿਸ਼ਤੇਦਾਰੀ ਦੇ ਵਿੱਚ ਮਾਮੇ ਤੇ ਭੂਆ ਦੇ ਆਪਸ ਵਿੱਚ ਹੀ ਸੰਤਾਨ ਹੋਣ ਕਰਕੇ ਭਰਾ ਦੋਨੇ, ਤੇ ਇਹਨਾਂ ਦੇ ਮਾਮੇ ਭੂਆ ਦਾ ਪੁੱਤਰ ਭਾਈ ਜਰਨੈਲ ਸਿੰਘ ਪੜ੍ਹਨ ਵਾਸਤੇ ਆਇਆ, ਬਈ ਆਪਣੀ ਕਿਸਮ ਦਾ ਵਿਦਿਆਰਥੀ, ਉਹਦੇ ਨਾਲ ਦਾ ਅੱਜ ਤੱਕ ਨਾ ਪਹਿਲਾਂ ਸੀ, ਉਦੋਂ ਬਾਅਦ ਅਜਾਇਨ ਗਾਹਾਂ ਵਾਲੇ ਸਮੇਂ 'ਚ ਸੀ ਕਹਿਣ, ਉਹਦੀ ਪਹਿਲੀ ਆਦਤ ਵੀ ਉਹਦਾ ਜ਼ਿੰਦਗੀ ਦਾ ਇੱਕ ਪਰਨ ਐਡਾ ਪੱਕਾ ਨਿਭਾਇਆ ਉਸਨੇ, ਵੀ ਉਹਨੇ ਕਿਸੇ ਦੀ ਵੀ ਨਿੰਦਿਆ ਆਪਣੇ ਕੰਨਾਂ ਨਾਲ ਦੇ ਕੰਨਾਂ 'ਚ ਸੁਣ ਨਹੀਂ ਦੇਣੀ। ਜੇ ਦੇਖਿਆ ਵੀ ਕੋਈ ਨਿੰਦਿਆ ਕਰਨ ਵਾਲਾ ਮੇਰੇ ਕੋਲ ਆ ਗਿਆ ਤਾਂ ਜਾਂ ਤਾਂ ਉੱਠ ਕੇ ਚਲਿਆ ਗਿਆ ਉਹਦੇ ਕੋਲ, ਜਾਂ ਫਿਰ ਉਹਦੇ ਅੱਗੇ ਹੱਥ ਜੋੜ ਤੇ ਗੁਰਮੁਖਾ ਜਿਹੜਾ ਸੌਦਾ ਤੂੰ ਵੇਚਣ ਵਾਸਤੇ ਆ, ਮੈਂ ਤਾਂ ਗਾਹਕ ਨਹੀਂ ਆ, ਮੇਰੇ ਕੋਲ ਬਾਣੀ ਸੁਣ ਲੈ, ਜਾਂ ਬਾਣੀ ਸੁਣਾ ਮੈਨੂੰ, ਆਹ ਕੰਮ ਬੰਦ ਕਰ ਦੇ, ਸੀ ਇਹ ਮੇਰੇ ਕੰਮ ਦਾ ਸੌਦਾ ਹੈ, ਇਹ ਨਿਯਮ ਨਿਭਾਇਆ ਉਸ। ਕਈ ਸਾਲ ਰਿਹਾ, ਪੜ੍ਹ ਗਿਆ, ਵਿਦਵਾਨ ਬਣ ਗਿਆ, ਕਥਾ ਕਰਨ ਲੱਗ ਗਿਆ, ਫਿਰ ਉਹ ਵਾਪਸ ਆਪਣੇ ਇਲਾਕੇ ਵਿੱਚ ਚਲਾ ਗਿਆ, ਜਾ ਕੇ ਉਸਨੇ ਆਹ ਕੰਮ ਕੀਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੱਸ, ਨਿਰਵਾਹ ਵਾਸਤੇ ਲੈਣਾ ਹੈ, ਇਹੋ ਜਿਹਾ ਤਿਆਗੀ ਵੀ ਹੱਥ ਨਹੀਂ ਲਾਉਣਾ, ਨਹੀਂ ਲੈਣਾ ਹੈ, ਪਰ ਲੈਣਾ ਕਿਹਨੇ, ਉਹਦੀ ਆਪਣੀ ਹੀ ਇੱਕ ਸਾਸ ਜੀ ਸੁਭਾਅ ਦੀ ਗੱਲ ਹੈ, ਵੀ ਗ੍ਰਿਸਤੀ ਤਾਂ ਹਲੇ ਹੈ ਨਹੀਂ ਸੀ, ਉਹ ਸ਼ਾਦੀ ਤਾਂ ਕਰਾਈ ਨਹੀਂ ਸੀ, ਉਹਨੇ ਪਿੰਡਾਂ 'ਚ ਵਿਚਰ ਕੇ ਕਥਾ ਕਰ ਕਰਕੇ ਜਥੇ ਦਾ ਨਾਂ ਉੱਚਾ ਕੀਤਾ। ਇੱਕ ਪਿੰਡ ਨੇ ਸੱਦ ਲਿਆ, ਜਰਨੈਲ ਸਿੰਘ ਜੀ ਕਥਾ ਕਰੋ, 10 ਦਿਨ ਕਰ ਦਿਓ, 15 ਦਿਨ ਕਰ ਦਿਓ, ਠੀਕ ਹੈ ਜੀ ਮੈਂ ਆ ਜਾਊਂਗਾ, ਚਲਿਆ ਗਿਆ। ਤੇ ਜਦੋਂ ਕਥਾ ਸਮਾਪਤ ਹੋਈ, ਮੰਨ ਲਓ ਵੀ ਮੰਦੇ ਭਾਅ ਸੀ, ਕਿਸੇ ਨੇ
200 रुपया देता ज्ञानी जी तुसीं जाना है सरोपा दे नाल। वो कहिंदा भाई जदों मैं आया सी मेरे 20 रुपये लगे सी बस ते, इस करके आ 20 रुपये तो मैं रख लैना है, बाकी दे तुसीं इत्थे जिथे मर्जी ला दे। ये त्याग की हंगता भी नहीं की, लै भी ले पर निर्वाह मात्र लैने। ते फिर वस्त्र जिन्हें उन्ने ही लोड़ीदे वस्त्र उदो बद नहीं लेनी, किरिया उन्नी करके झोला कच्छ च पाया, कदे उधर कदे उधर कथा करता गया कि तो 50 रुपये, जे किसी ने 1000 दिता तो भी वह झाकिया नहीं 1000 करनी, जिनी लोड़ सी अपनी निर्वाह मात्र। क्यों? एक तो उहदे जुम्मे कोई लंगर चलाउण दी ड्यूटी नहीं सी, ना इमारत बनाउणियां सी भाई जरनैल सिंह, इस करके वह इस तां मोड़ दिंदा सी। वह कहिंदा मैं ना लंगर चला रहा, ना मैं कोई इमारत बनाउणियां, ना मैं स्कूल बनाउणे, ना मैं हस्पताल बनाउणे, ते इस करके मैनू जिनी लोड़ है उन्नी मैं लै लैणी इहदे चों माया गुरु के बजाए बद। सास जी नवा दित्ती उहने सी, जिस दिन उस सिंह चढ़ाई कीता है इलाका धाम मार के रोंदा सी, कहिंदा इहा जिहा कथा वाचक सानूं मिलना नहीं, इहे जिहे जीवन पाया। सो इहे जिहे भी गुरु के सिख ने निर्वाह मात्र लैणा, उस तों अगे नहीं। जिहड़े खास करके कल्ले विहंगम इस तरह हन, ना परिवार दी सी उहनूं कोई, किहड़ा बच्चे पाल रहे सी, कल्ला शरीर दा शरीर सी तों लालच करदा। पर सास जी कई लालच वाले, एक ज्ञानी सिंह यहाँ जे देखिया मंदे भावें जे 3 लाख रुपया बैंक च FD कराइया, लत टुट गई, कहना भी मेरी FD ना तड़ा दो, लत भावें यही जी रह जाए जी, मेरी FD नहीं टुटनी चाहिए, वह तो रह जुड़ी, लत जुड़े चाहे ना जुड़े, लत का किसी होर ने इलाज कराया, ज्ञानी जी ने अपनी FD नहीं तड़ाई, लत टुटी हुई प्रवान कर ली। ये सारे तरह के महाराज के परिवार गल करनी पैंती है, तू किस तरह के बता। महाराज साहब जी कहते जे निर्वाह मात्र लेंदे हैं, है सकामी निष्कामी तो है, काम तो हैगी ना भी उन्ना कराए ना जिनी की लोड़ है, उन्हों की गति महाराज दसन लगे हैं। सुनो जी, बिन जाते कर भाव जो देत, बिना मंगण तो प्रेम दे नाल। हुण ढाडी सिंह रागी सिंह तुहाडे कोल मंगदे तां नहीं भी दिओ तुसीं, डर लैंदे हो ना दिओ, तुहाडी मर्जी है। अपने आप जो दिंदा है जो देवे सो भाव कर लेवे, उनु प्रेम दे नाल स्वीकार कर ले मंगिया जी। ते कई इस तरह दे पाई बहुत तरीकियां दे नाल, मंगण वालियां दे तरीकियां तो भी बलिहार जाइए, बहुत वधिया वधिया तरीकियां दे नाल मंगदे, ते तुसी सियाणे जाणदे पर सचेत रहण दी लोड़ हुंदी है। तो इस प्रकार दसते हैं सतगुरु, सो लेकर हर कै माहे, वो लै करके खुश होंदे ने अपने मन विच, लखन वाहिगुरु पट हम पाही, गज के आखो सतनाम श्री वाहिगुरु। देखो ये गल है सिरे दी जिहड़ी गुरु हरगोबिंद साहिब ने सुनाई, कहिंदे जदों कोई उहनां नूं पदार्थ दिंदा है वह ये नहीं समझदे बंदा दे रहा है, ओ नहीं, वह कहिंदे परमात्मा इहदे विच दी हो के मैनूं दे रहा है, परमात्मा दे रहा है। सो इस करके सास जी उन्हां दी टेक जिहड़ी वाहिगुरु ते रखी है कि वाहिगुरु दे रहा है, प्राप्त जो बरताए सो खाए, जो पदार्थ प्राप्त हो गया उन्हों बरता के खाण दी सवा ये रखिया उन्होंने, उन्होंने बरताउंदे हन फिर खांदे ना आप। कीर्तन कथा श्रेहित गाए, जिहड़ा कीर्तन करना है कथा करनी है ये मुक्ति वास्ते करना, ते ओ कामना तो रहत होके करना है, उहदे कोई रेट नहीं रखने की आ रही। वाहिगुरु कृपा करे, बहुत पुरानी गल है, मलेरकोटली दे लागे एक पिंड सी, आसा दी वार दा कीर्तन रागी सिंह कर रहे हैं, अखंड पाठ दा भोग पिया, उन्होंने पिछों ही कीर्तन करन वाले से, ते एक वाले खड़े पै गया, कहिंदा 4 श्लोक मैनू भी पढ़ लैण दो आसा दी वार दे, बथेरा उन्होंने कहा भी ये भाई साहब, कहिंदा नहीं 4 श्लोक तो मैं जरूर पढ़ने पढ़ दते, ते बाद दे विच जदों उन्हों अखंड पाठ दे पैसे देण लगे, कहिंदा जी घट न, कहिंदे घट के उन्हों पूरे दित्ते, कहिंदा 4 श्लोक आसा दी वार दे भी तो पढ़े सी मैं, ते चलो फिर हुण उहदा दस की। उस वेले मंदे भाव सी, उहने 8-9 श्लोक लाया, मेरा ख्याल बड़ा ही सस्ता जिहा ला लैंदा है, उन्ने नाल ही सर गए 8-9 श्लोक, 2 रुपये होर बन गए उन्हों, फिर सचखंड लै गया होगा नाल, जाण लग्या फिर लोक नूं,
ਕਲੰਕ ਖੱਟ ਰਹੇ ਹੈ। ਕਥਾ ਕੀਰਤਨ ਮੁਕਤ ਹੋਣ ਵਾਸਤੇ ਦਿੱਤਾ ਸੀ ਸਾਨੂੰ, ਪ੍ਰਾਰਭ ਦਾ ਸਹਿਯੋਗ ਹੈ, ਮੰਗਣ ਦੀ ਲੋੜ ਨਹੀਂ, ਜੋ ਆਪਣੇ ਆਪ ਮਿਲਦਾ ਹੈ। ਅਹਿਰ ਖਵਾਦ ਨਾ ਕੀ ਜਾ ਰਹੇ ਮਨ, ਸੁਕਿਰਤ ਕਰ ਕਰਦੇ, ਸ਼ੁਕਰ ਕਰਕੇ ਲੈ ਲਓ ਜਿਹੜਾ ਦਿਨ ਹੈ। ਤੇ ਇਹ ਸੁਭਾਅ ਜਿਹੜਾ ਹੈ ਗੁਰਮਤ ਦੇ ਵਿੱਚ ਸਵੀਕਾਰ ਨਹੀਂ ਹੈ। ਥੋੜੇ ਬਹੁਤ ਪਦਾਰਥ ਪਾਏ, ਥੋੜੇ ਜਾਂ ਬਹੁਤ ਪਦਾਰਥ ਮਿਲਦੇ ਹਨ, ਉਹਨਾਂ ਤੇ ਸੰਤੋਖ ਰੱਖੇ, ਪਰ ਸੰਤੋਖ ਸਦਾ ਰਖਾਏ, ਸੰਤੋਖ ਦੇ ਵਿੱਚ ਰਹਿੰਦੇ ਆ, ਬੜੇ ਖੁਸ਼ੀ ਰਹਿੰਦੇ ਹਨ। ਅਸਲੀ ਹੋਏ ਨਿਸਕਾਮ ਸਮਾਨ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹਨਾਂ ਨੂੰ ਮੈਂ ਨਿਸਕਾਮੀਆਂ ਦੇ ਬਰਾਬਰ ਰੱਖਿਆ, ਇਹਨਾਂ ਦੀ ਗਤੀ ਵੀ ਉਕਣੇ ਹੋ ਜਾਊਗੀ ਜਿਵੇਂ ਨਿਸਕਾਮੀਆਂ ਦੀ ਹੋ ਗਈ, ਜਿਹੜੀ ਪਹਿਲੇ ਦਰਜੇ ਦੀ, ਉਹਨਾਂ ਦੇ ਨਾਲ ਹੀ ਮਿਲਾ ਦਿੱਤੇ ਮਹਾਰਾਜ ਕਹਿੰਦੇ, ਕਿਉਂਕਿ ਸਬਰ ਸੰਤੋਖ ਵਾਲੇ ਹਨ। ਬਿਨਾਂ ਲੋਭ ਤੇ ਕਰਹਿ ਜੋ ਆਨ, ਜਿਹੜੇ ਬਿਨਾਂ ਲੋਭ ਤੋਂ ਇਸ ਪ੍ਰਕਾਰ ਕਥਾ ਕੀਰਤਨ ਕਰਦੇ ਹਨ। ਕਿੰਚਿਤ ਕਰਹਿ ਵਾਸਨਾ ਜੋਏ, ਜਿਹੜੇ ਥੋੜੀ ਜਿਹੀ ਵਾਸਨਾ ਕਰਕੇ ਕਰਦੇ ਹਨ। ਪੁਰ ਗਧਰਵ ਜਾਤ ਹੈ ਸੋਏ, ਉਹ ਭਾਈ ਗਧਰਵ ਲੋਕ ਨੂੰ ਜਾਣਗੇ ਜਿਵੇਂ ਪਿੱਛੇ ਦੱਸਿਆ ਹੈ। ਜੇ ਅਤ ਲੋਭੀ ਧਨ ਵਾਸਨਾ ਜੋਏ, ਇਹ ਦੋ ਤਰ੍ਹਾਂ ਦੇ ਤਾਂ ਹੋ ਗਏ ਨਾ ਦੱਸਦੇ, ਹੁਣ ਆ ਗਿਆ ਤੀਸਰਾ ਜਿਹੜਾ ਬਾਹਲੀ ਰੱਦੀ ਕੁਆਲਿਟੀ ਹੈ ਇਹਨਾਂ ਦੇ ਵਿੱਚ। ਉਹ ਕਹਿੰਦੇ ਵੀ ਇੱਕ ਵਾਰ ਜਿਹੜਾ ਬਾਹਲਾ ਹੀ ਲੋਭ ਧਾਰਨ ਕਰਕੇ ਕਥਾ ਕਰਨੀ ਤਾਂ ਲੋਭ ਦੇ ਵਸ, ਕੀਰਤਨ ਕਰਨ ਲਾਭ ਰੇਟ ਬੰਨੇ ਹੋਏ ਅਹਿਸਾਸ ਹੁੰਦੇ, ਆਨੰਦ ਕਾਰਜਾਂ ਦੇ ਰੇਟ, ਅਖੰਡ ਪਾਠ ਦੇ ਰੇਟ। ਔਰ ਕਈ ਵਾਰ ਦਿੱਕਤ ਆਉਂਦੀ ਹੈ, ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਤੇ ਇੱਕ ਗੁਰਮੁਖ ਕਹਿੰਦੇ ਜੀ ਜਥੇ ਤੂੰ ਅਖੰਡ ਪਾਠ ਕਰਾਉਣਾ। ਮੈਂ ਕਿਹਾ ਜੀ ਅਖੰਡ ਪਾਠ ਸਾਡਾ ਜਥਾ ਨਹੀਂ ਕਰੇ, ਕਿਉਂ ਸਵਾਲ ਗਾਹਾਂਗੇ ਜੀ, ਇਸ ਕਰਕੇ ਪੜ੍ਹਨ ਵਾਲੇ ਨੇ ਸਕੂਲ ਦੇ ਬੱਚਿਆਂ ਤੋਂ ਕੰਮ ਨਹੀਂ ਕਰਾਈਦਾ, ਤੇ ਮਹੀਨੇ 'ਚ ਇੱਕ ਅਖੰਡ ਪਾਠ ਕਰਦੇ ਹਾਂ ਮੱਸਿਆ ਦਾ, ਵੀ ਉਹ ਜਥੇ ਵਾਲੇ ਸਿੰਘ ਕਰਦੇ ਆ ਰਲ ਮਿਲ ਕੇ, ਵੀ ਇਸ ਕਰਕੇ ਬਾਹਲੇ ਪਾਠ ਨਹੀਂ ਹੋ ਸਕਦੇ, ਇੱਕ ਮਹੀਨੇ 'ਚ ਇੱਕ ਕਰ ਦਿੰਦੇ ਆ, ਜੇ ਉਹ ਵੀ ਅਸਥਾਨ 'ਤੇ ਕਰਾਂਗੇ ਘਰ ਜਾ ਕੇ ਕਿਸੇ ਦੇ। ਤੇ ਉਹ ਕਹਿੰਦੇ ਜੀ ਚਲੋ ਮੱਸਿਆ 'ਤੇ ਕਰਦੇ। ਤੇ ਫਿਰ ਕਹਿਣ ਲੱਗੇ ਜੀ ਭੇਟਾ ਕਿੰਨੀ ਦਈਏ। ਮੈਂ ਕਿਹਾ ਜੀ ਇਹ ਕਿਸੇ ਵਪਾਰੀ ਨੂੰ ਪੁੱਛੋ, ਇਹ ਮੇਰੇ ਤਾਂ ਵਸ ਦੀ ਗੱਲ ਹੈ ਨਹੀਂ, ਇਹ ਵਪਾਰ ਕਰਾਉਣੇ ਮੇਰੇ ਕੋਲੋਂ, ਤੁਸੀਂ ਦੇਣਾ ਹੋਵੇ ਦਿਓ, ਕੱਖ ਦਿਓ, ਲੱਖ ਦਿਓ, ਤੁਹਾਡੀ ਹੈਗੀ ਹੈ ਸ਼ਰਧਾ, ਪਾਠ ਹੋਊਗਾ ਸਾਡਾ। ਸਾਧ ਸੰਗਤ ਜੀ ਬੜਾ ਉਹਨੇ ਯਤਨ ਕੀਤਾ, ਪਤਾ ਨਹੀਂ ਕੋਈ ਧਿਆਨ ਨਹੀਂ ਸੀ। ਮੈਂ ਕਿਹਾ ਭਾਈ ਸਾਹਿਬ ਜੀ ਪਾਠ ਕਰਾਉਣਾ ਕਰਾ, ਨਹੀਂ ਕਰਾਉਣਾ ਨਾ ਕਰਾ, ਸਾਨੂੰ 1971 ਤੋਂ ਜਿਹੜਾ ਨਿਯਮ ਚੱਲ ਰਿਹਾ ਨਾ ਮੇਰਾ ਇਹਨਾਂ ਤੋਂ, ਅੱਜ ਤੱਕ ਜਿੰਨੇ ਪਾਠ ਹੋਏ ਨੇ ਐਂ ਹੋਏ ਨੇ, ਇੱਕ ਬੰਦਾ ਨਹੀਂ ਮਿਲੇਗਾ ਤੁਹਾਨੂੰ ਜਿਹੜਾ ਇਹ ਕਹਿ ਦੇਵੇ ਵੀ ਜਥਾ ਰੰਧਾਵਾ ਦੇ ਅਸਥਾਨ 'ਤੇ ਅਖੰਡ ਪਾਠ ਕਰਾਇਆ ਅਤੇ ਇੰਨੇ ਪੈਸੇ ਮੰਗੇ ਸੀ ਅਖੰਡ ਪਾਠ ਦੇ। ਸਾਧ ਸੰਗਤ ਜੀ ਚਲੋ ਨਿਭ ਗਈ, ਮਹਾਰਾਜ ਨੇ ਨਿਭਾ ਦਿੱਤੀ, ਪਰ ਉਹ ਹੈਰਾਨ ਬੜਾ ਹੋਇਆ। ਅਤੇ ਪਾਠ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਜਮਾਤ ਨੇ ਜਦੋਂ ਰੇਟ ਬੰਨ ਦਿੱਤੇ ਤਾਂ ਛੋਟੇ ਕਿਉਂ ਨਹੀਂ ਬੰਨਣਗੇ, ਕੰਮ ਤਾਂ ਵੱਡੇ ਪੱਧਰ 'ਤੇ ਵਿਗੜ ਗਿਆ ਨਾ। ਕੀ ਮਹਾਰਾਜ ਵੱਲੋਂ ਹੁਕਮ ਸੀ ਵੀ ਇਸ ਤਰ੍ਹਾਂ ਤੁਸੀਂ ਪਾਠ ਦੇ ਇੰਨੇ ਰੇਟ ਬੰਨ ਦਿਓ, ਕੀ ਸੀ ਵਪਾਰ ਸੀ ਇਹ? ਨਹੀਂ ਗੁਰੂ ਪਿਆਰੇ, ਉਹ ਇਹ ਕਲਿਆਣ ਵਾਸਤੇ ਗੁਰਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ। ਅਤੇ ਇਹਦੇ 'ਚ ਇਹ ਠੀਕ ਹੈ ਵੀ ਪਾਠੀ ਸਿੰਘਾਂ ਦੇ ਸਮੇਂ ਦੀ ਭੇਟਾ ਹੈ, ਜੇ ਦੇਖਿਆ ਪਾਠ ਦੀ ਭੇਟਾ ਗਲਤ ਸ਼ਬਦ ਹੈ, ਪਾਠ ਦੀ ਭੇਟਾ ਕੌਣ ਦੇ ਦਿੰਦਾ? ਉਹ 3 ਦਿਨ ਜਿਹਨੇ ਕੰਮ ਛੱਡ ਕੇ ਉਹਨੇ ਸਾਡੇ ਲਈ ਗੁਰਬਾਣੀ ਪੜ੍ਹੀ ਹੈ, ਤਾਂ ਉਹਦੇ ਉਸ ਕੰਮ ਦੀ ਉਹਦੀ ਮਿਹਨਤ ਦੇ ਪੈਸੇ ਨੇ, ਨਾ ਕਿ ਪਾਠ ਦੇ ਪੈਸੇ। ਗੁਰੂ ਸਾਹਿਬ ਨੇ ਦੋਨੇ ਤਰ੍ਹਾਂ ਦੀ ਮਰਿਆਦਾ ਚਲਾਈ, ਸਭ ਤੋਂ ਪਹਿਲਾਂ ਸਹਿਜ ਪਾਠ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ, ਅਤੇ ਉਸ ਪਾਠ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਪਾਠੀ ਲੱਗੇ, ਭਾਈ ਗੁਰਦਾਸ ਸਾਹਿਬ ਜੀ ਚੌਰ ਕਰਨ ਲੱਗੇ, ਗੁਰੂ ਦਾ ਸਾਰਾ ਪਰਿਵਾਰ ਸਰੋਤਾ ਬਣ ਕੇ ਸੁਣਦਾ, ਬਾਕੀ ਸਿੱਖ ਸੁਣਦੇ। ਅਤੇ ਫਿਰ ਉਦੋਂ ਬਾਅਦ ਬਾਬਾ ਬੁੱਢਾ ਸਾਹਿਬ ਨੂੰ ਮਾਇਆ ਦਿੱਤੀ, ਬਸਤਰ ਦਿੱਤੇ, ਇਹ ਮਰਿਆਦਾ ਬਣੀ ਕਿ ਪਾਠ ਕਰਾਉਣ ਵਾਲਾ ਉਹਦੀ ਸੇਵਾ ਕਰੇ। ਇਹ ਗੱਲ ਵੱਖਰੀ ਵੀ ਬਾਬਾ ਬੁੱਢਾ ਸਾਹਿਬ ਨੇ ਬੇਗਵਾਂ ਨੂੰ ਮਾਇਆ ਵੰਡ ਦਿੱਤੀ, ਬਸਤਰ ਵੰਡਦੇ, ਗਰੀਬਾਂ ਨੂੰ ਲੈਣ ਤੋਂ ਇਨਕਾਰ ਨਹੀਂ ਕੀਤਾ, ਲੈ ਕੇ ਕੋਲ ਨਹੀਂ ਰੱਖੀ। ਇਸ ਤਰ੍ਹਾਂ ਦਾ ਢੰਗ ਤਰੀਕਾ ਚਲਾਇਆ ਸੀ ਮਹਾਰਾਜ ਸਾਹਿਬ ਨੇ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਅਸੀਂ ਜਿਹੜੇ ਸਹਿਤ ਕਾਮਨਾ ਦੇ ਕਰਦੇ ਹਨ,
ਜੇਤ ਲੋਭੀ ਤਨ ਤੇ ਹੇਤ ਜਿਹੜੇ ਬਹੁਤ ਲੋਭ ਦੇ ਵਿੱਚ ਆ ਕੇ ਕਰਦੇ ਨੇ ਕਥਾ ਕੀਰਤਨ ਕਰਹਿ ਕੀਰਤਨ ਮਨ ਨਹਿ ਦੇਤ ਲੋਭ ਦੇ ਵਿੱਚ ਮਨ ਹੈ ਨਾ ਕੀਰਤਨ ਦੇ ਵਿੱਚ ਸੁਰਤੀ ਹੈ ਨਾ ਕਥਾ ਚ ਕੇਵਲ ਮਾਇਆ ਦੇ ਵਿੱਚ ਸੁਰਤੀ ਹੈ ਉਚਰਣ ਕਥਾ ਅਪਰ ਸੁਭ ਕਰਮ ਕਥਾ ਵੀ ਕਰਦੇ ਹੈ ਪਰ ਸੁਰਤੀ ਜਿਹੜੀ ਹੈ ਉਹਦੇ ਦੀ ਮਾਇਆ ਦੇ ਵਿੱਚ ਰਹਿੰਦੀ ਹੈ ਕੀਰਤਨ ਕਰਦੇ ਮਾਇਆ ਚ ਸੁਰਤੀ ਹੈ ਕਰਹਿ ਤਰਬ ਹਿਤ ਜਾਏ ਨਾ ਭਰਮ ਉਹ ਪੈਸੇ ਵਾਸਤੇ ਕਰਦੇ ਨੇ ਉਹਨੂੰ ਬ੍ਰਹਮ ਗਿਆਨ ਨਹੀਂ ਹੋ ਭਰਮ ਨਹੀਂ ਹਿਰਦੇ ਚੋਂ ਜਾਣਾ ਇਹ ਪਦਾਰਥ ਚਹਿਣ ਸੋ ਪਾਵੇ ਇੱਥੇ ਉਹਨਾਂ ਨੂੰ ਪਦਾਰਥ ਮਿਲ ਜਾਉ ਮਾਇਆ ਮਿਲ ਜਾਉ ਕਿਉਂਕਿ ਕਾਮ ਤੇ ਨੇ ਜਿਹੜੀ ਗੁਰੂ ਕੀ ਸੰਗਤ ਹੈ ਕਥਾ ਕੀਰਤਨ ਕਰਨ ਵਾਲਾ ਭੁੱਖਾ ਥੋੜ੍ਹੀ ਮਰ ਸਕਦਾ ਪਦਾਰਥ ਮਿਲ ਜਾਣਗੇ ਇੱਥੇ ਧਨ ਹਿਤ ਸੰਗਤ ਮਿਲਿਓ ਰਹਾਵੇ ਤੇ ਧਨ ਦੇ ਵਾਸਤੇ ਸੰਗਤ ਦੇ ਵਿੱਚ ਮਿਲਦਾ ਰਹੂਗਾ ਮਰਹਿ ਬਹੁਰ ਨਰ ਤਨ ਕੋ ਪਾਏ ਤੇ ਫਿਰ ਵੀ ਗੁਰੂ ਦੀ ਕਿਰਪਾ ਬਹੁਤ ਵੱਡੀ ਮਹਾਰਾਜ ਕਹਿੰਦੇ ਮੇਰਾ ਸਿੱਖ ਭਾਵੇਂ ਲੋਭੀ ਵੀ ਕਿਉਂ ਨਹੀਂ ਹੈ ਮਰ ਕੇ ਨਰਕਾਂ ਨੂੰ ਨਹੀਂ ਜਾਣ ਦਿੰਦਾ ਮੈਂ ਉਹਨੂੰ ਮਹਾਰਾਜ ਕਹਿੰਦੇ ਕੁੱਤਿਆਂ ਵੇਲਿਆਂ ਦੀ ਜੂਨ ਚ ਨਹੀਂ ਜਾਣਦੇ ਹੋ ਕਿਉਂਕਿ ਸਿੱਖ ਤਾਂ ਮੇਰਾ ਹੈ ਜੇ ਲੋਭੀ ਹੋ ਗਿਆ ਤਾਂ ਕੀ ਹੈ ਜੇ ਬੱਚਾ ਨਲਾਇਕ ਹੋ ਗਿਆ ਤਾਂ ਕਿਤੇ ਮਾਂ ਬਾਪ ਕਹਿ ਦੇਣਗੇ ਵੀ ਮੇਰਾ ਪੁੱਤ ਨਹੀਂ ਆਇਆ ਮਹਾਰਾਜ ਕਹਿੰਦੇ ਉਹਦੇ ਵਾਸਤੇ ਕਿਉਂਕਿ ਸਿੱਖੀ ਧਾਰਨ ਕਰ ਲਈ ਇੱਕ ਵਾਰੀ ਉਹਨੂੰ ਆਉਂਦਾ ਜਨਮ ਮੁੜ ਕੇ ਮਨੁੱਖ ਸਰੀਰ ਫਿਰ ਮਿਲੇਗਾ ਮੁੜ ਕੇ ਮਨੁੱਖਾ ਸਰੀਰ ਦੇ ਵਿੱਚ ਚਾਂਸ ਲਿਆਉਂਗਾ ਨਿਸਕਾਮੀ ਹੋ ਕੇ ਮੁਕਤ ਹੋਵੇ ਸਿਮਰਹਿ ਪਨ ਸਤਿਗੁਰਿਆ ਦਿਖਾਏ ਮੁੜ ਕੇ ਫਿਰ ਉਹ ਕਿਸੇ ਅਗਲੇ ਜਨਮ ਚ ਉਦੋਂ ਅਗਲੇ ਚ ਕਦੇ ਤਾਂ ਸਿਮਰਨ ਕਰਕੇ ਮੁਕਤ ਹੋਏਗਾ ਜਨਮ ਅਨੇਕ ਪਾਏ ਮਾਲਕ ਹੋਏ ਅਨੇਕਾਂ ਜਨਮ ਪ੍ਰਾਪਤ ਕਰਕੇ ਫਿਰ ਮੈਲ ਹੋ ਕੇ ਫਿਰ ਪਵਿੱਤਰ ਹੋ ਕੇ ਸੱਚਖੰਡ ਚਲਾ ਜਾਏਗਾ ਮੈਂ ਮੋਖ ਨਿਸਕਾਮੀ ਹੋਏ ਤੇ ਉਹ ਵੀ ਮੁਕਤੀ ਨਿਸਕਾਮ ਹੋ ਕਰਕੇ ਕਿਸੇ ਅਗਲੇ ਜਨਮ ਚ ਕਿਤੇ ਗਿਆਨ ਜਦੋਂ ਹੋ ਗਿਆ ਕਿਤੇ ਅੰਦਰ ਤੋਂ ਵੈਰਾਗ ਦਾ ਬੁੱਲਾ ਉੱਠਿਆ ਕਹਿੰਦੇ ਫਿਰ ਨਿਸਕਾਮੀ ਹੋ ਕੇ ਉਹ ਵੀ ਮੁਕਤ ਹੋ ਜਾਏਗਾ ਉਨੀ ਦੇਰ ਤੱਕ ਮਨੁੱਖ ਸਰੀਰ ਵਿੱਚ ਆਉਂਦਾ ਜਾਏਗਾ ਸਿੱਖ ਗੁਰੂ ਦਾ ਹੋ ਕੇ ਮੁੜ ਕੇ ਟੇਢੀਆਂ ਮੀਆਂ ਜੁਨਿਆਂ ਚ ਨਹੀਂ ਜਾਊਗਾ ਕੁੱਤੇ ਵੇਲੇ ਇਹ ਸਿੱਖੀ ਧਾਰਨ ਕਰਨ ਦਾ ਸਭ ਤੋਂ ਵੱਡਾ ਲਾਭ ਹੈ ਗੁਰੂ ਪਿਆਰਿਓ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ ਜਿਹੜੇ ਗੁਰੂ ਵਾਲੇ ਨਹੀਂ ਬਣੇ ਤੇ ਗੁਰੇਪਣ ਦੀ ਜੋੜ ਲਾਹ ਦੇਣੀ ਚਾਹੀਦੀ ਨਿਸਕਾਮੀ ਬਣ ਜਾਓ ਕੀਰਤਨ ਕਰੋ ਭਜੋ ਸਤਨਾਮ ਕੀਰਤਨ ਕਰੋ ਨਿਸਕਾਮੀ ਹੋ ਕੇ ਤੇ ਸਤਨਾਮ ਭਜੋ ਇੱਥੇ ਸਾਖੀ ਪੂਰੀ ਹੋ ਗਈ ਅੱਗੇ ਦੂਸਰੇ ਸਿੱਖ ਦੀ ਸਾਖੀ ਚੱਲੇਗੀ ਮੈਂ ਸੋਚਿਆ ਸੀ ਸ਼ਾਇਦ ਦੋ ਸਿੱਖਾਂ ਦੀਆਂ ਸਾਖੀਆਂ ਪੜ੍ਹੀਆਂ ਜਾਣਗੀਆਂ ਪਰ ਇੱਕੋ ਹੀ ਸਿੱਖ ਦੀ ਹੋਈ ਹੈ ਵਿੱਚ ਵਿਸਥਾਰ ਕਰਨ ਦੇ ਉੱਤੇ ਆ ਕੇ ਆ ਗਿਆ ਉਹ ਵੀ ਜ਼ਰੂਰੀ ਸੀ ਸਾਧ ਸੰਗਤ ਜੀ ਦਾਸ ਪੰਜ ਦਿਨ ਆਪ ਜੀ ਦੇ ਸਨਮੁਖ ਲਗਾਤਾਰ ਇਸੇ ਤਰ੍ਹਾਂ ਮੈਨੂੰ ਪੰਜ ਦਸ ਇੱਕ ਹਫ਼ਤੇ ਵਾਸਤੇ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰ ਦਿੱਤੀ ਹੈ ਸੰਗਤਾਂ ਨੂੰ ਵੀ ਬੇਨਤੀ ਕਰ ਭਾਈ ਸਾਹਿਬ ਕਥਾ ਕਰਨਗੇ ਇਸੇ ਤਰ੍ਹਾਂ ਮੇਰੇ ਥਾਂ ਇੱਥੇ ਕਰਨਗੇ ਭਾਈ ਦਰਸ਼ਨ ਸਿੰਘ ਜਿਹੜੇ ਕਥਾ ਦਾ ਪਾਠ ਬੋਲਦੇ ਮਹਾਰਾਜ ਦੀ ਕਿਰਪਾ ਹੈ ਬੜਾ ਭਾਰੀ ਵਿਦਵਾਨ ਹੈ ਸਿਵੇ ਐਸੀ ਬਾਤ ਨਹੀਂ ਵਿਦਿਆਲੇ 'ਚ ਅਧਿਆਪਕ ਹੈ ਧਾਰਮਿਕ ਪੜ੍ਹਾਉਂਦਾ ਹੈ ਪਰ ਉਹ ਹੰਗਤਾ ਤੋਂ ਰਹਿਤ ਹੋ ਕੇ ਚਲੋ ਮਹਾਰਾਜ ਦੀ ਕਿਰਪਾ ਸੁਆ ਇਸ ਤਰ੍ਹਾਂ ਭਾਈ ਸਾਹਿਬ ਅਤੇ ਇਹ ਮੇਰੇ ਥਾਂ 'ਤੇ ਕਥਾ ਕਰਨ ਅਤੇ ਕਥਾ ਦਾ ਪਾਠ ਵਾਲਾ ਕੋਈ ਗੁਰਮੁਖ ਇੱਥੇ ਵਿੱਚੋਂ ਸੰਗਤ ਦੇ ਜਾਂ ਗ੍ਰੰਥੀ ਸਿੰਘ ਦੀ ਲੱਗ ਜਾਣਗੇ ਅਤੇ ਬਿਨੀ ਪਿੰਗ ਵਾਲੇ ਜਿਹੜੇ ਗੁਰਮੁਖ ਪਿਛਲੇ ਸਾਲ ਤੋਂ ਉਹਨਾਂ ਸੰਗਤਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੋ ਚੁੱਕਾ ਹੈ ਐਡਮਿਟਡ ਦੀਆਂ ਸੰਗਤਾਂ ਨਾਲ ਪ੍ਰੇਮ ਹੋ ਚੁੱਕਾ ਹੈ ਕੈਰਗਿਰੀ ਦੀਆਂ ਸੰਗਤਾਂ ਨਾਲ ਪ੍ਰੇਮ ਹੋ ਚੁੱਕਾ ਹੈ ਅਤੇ ਐਤਕੀ ਪ੍ਰੋਗਰਾਮ ਜਿੱਥੇ ਜਿੱਥੇ ਸਾਧ ਸੰਗਤ ਜੀ ਬਣੇ ਹੋਏ ਹੈ ਕੈਰਗਿਰੀ ਦਾ ਪ੍ਰੋਗਰਾਮ ਤਾਂ ਨਹੀਂ ਬਣ ਸਕਿਆ ਕਿਉਂ ਮੇਰੇ ਕੋਲ ਸਮਾਂ ਇੰਨਾ ਹੈ ਨਹੀਂ ਸੀ ਅਤੇ ਇਸ ਕਰਕੇ ਕੈਰਗਿਰੀ ਵਾਲੀਆਂ ਸੰਗਤਾਂ ਨੂੰ ਤਾਂ ਬੇਨਤੀ ਹੋਈ ਹੈ ਵੀ ਐਤਕੀ ਵਾਰੀ ਮਾਫ਼ੀ ਦੇਣ ਸਮਾਂ ਬਣਿਆ ਫਿਰ ਗੁਰੂ ਕਿਰਪਾ ਕਰੇਗਾ ਐਡਮਿੰਟਨ ਦਾ ਪ੍ਰੋਗਰਾਮ ਬਣਿਆ ਅਤੇ ਇਹਦੇ ਸਭ ਤੋਂ ਪਹਿਲਾਂ ਵਿਨੀ ਪਿੱਗ ਵਾਲਿਆਂ ਗੁਰਮੁਖਾਂ ਨੇ ਇੱਕ ਹਫ਼ਤੇ ਲਈ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਮੈਂ ਵਿਨੀ ਪੈਗ ਉੱਥੇ ਦੀਆਂ ਸੰਗਤਾਂ ਵੱਲੋਂ ਸੁਨੇਹਾ ਆਇਆ ਸੀ ਕਹਿੰਦੇ ਜੀ ਥੋੜ੍ਹਾ ਜਿਹਾ ਦੱਸ ਵੀ ਦਿਓ ਨਾਲ ਨਾਲ ਗ੍ਰੰਥੀ ਸਿੰਘ ਵੀ ਦੱਸਦੇ ਰਹਿਣਗੇ ਸੋ ਉਦੋਂ ਬਾਅਦ ਪੂਰਾ ਮਈ ਦਾ ਮਹੀਨਾ ਮੈਂ ਆਪ ਜੀ ਦੇ ਕੋਲ ਇਸ ਕੋਲ ਬਾਤ ਨਹੀਂ ਅਤੇ ਇਹੋ ਵਿਚਾਰ ਆ 5-7 ਦਿਨ ਹੋਰ ਕਥਾ ਦੀ ਜਿਹੜੀ ਹੈ ਗੁਰਸਿੱਖਾਂ ਦੀ ਵਿਚਾਰ ਜਿਹੜੀ ਹੈ ਇਹ ਇਹਨਾਂ ਦੇ ਆਵਾਂ ਦੇ ਚੱਲ ਰਹੀ ਹੈ ਇਹਦਾ ਬਹੁਤ ਲਾਭ ਬੇਅੰਤ ਸੰਗਤਾਂ ਲਾਭ ਉਠਾ ਰਹੀ ਹੈ ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਸੇਵਾ ਕਰਨੀ ਆਓ ਹੋਏ ਯਾਦੇ ਤਮ ਬਨ ਕੈ ਨਿਸਕਾਮ ਕੀਰਤਨ ਕਰੋ ਭਜੋ ਸਤਨਾਮ ਅੰਧ ਕੂਪ ਮਹਾਂ ਪੈ
कृपा निज दयाल एक अखर हर मन बस्त नानक होत निहाल वाहिगुरु नाम जवाज है चढ़े सुंदरे पार तू सरदा कर सेव दे गुर पार उतार तू सरदा कर सेव दे गुर पार उतार वाहिगुरु जी का खालसा वाहिगुरु जी की फतेह।